ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁੱਖੀ ਸ਼ੇਰਗਿੱਲ, ਪਿੰਡ ਹਰੀਗੜ੍ਹ, ਜ਼ਿਲ੍ਹਾ ਸੰਗਰੂਰ, ਬਰਨਾਲਾ। ਸੋ ਦੋਸਤੋ, ਸਭ ਤੋਂ ਪਹਿਲਾਂ ਤਾਂ ਬੇਨਤੀ ਆ ਸਾਰੇ ਵੀਰਾਂ ਨੂੰ ਵੀ ਵੀਡੀਓ ਨੂੰ ਖੁੱਲ੍ਹਾ ਜਿਹਾ ਟਾਈਮ ਕੱਢ ਕੇ ਦੇਖਿਓ, ਕਿਉਂ ਜਿਹੜੀ ਅੱਜ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਹਾਂ, ਇਹ ਤੁਹਾਨੂੰ ਆਪਾਂ ਇੱਕ ਅਜਿਹਾ ਬੰਦਾ ਮਿਲਾਉਂਦੇ ਹਾਂ ਜਿਹਨੂੰ ਵਰਲਡ ਲੈਵਲ 'ਤੇ ਪੂਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਆਪਣੇ ਪੰਜਾਬੀ ਭਰਾ ਬੈਠੇ ਆ ਗਏ, ਜਾਂ ਕਹਿ ਦਈਏ ਵੀ ਕਬੂਤਰਾਂ ਨਾਲ ਪਿਆਰ ਕਰਨ ਵਾਲੇ ਵੀਰ, ਜਿਵੇਂ ਤੁਹਾਨੂੰ ਪਤਾ ਵਿਦੇਸ਼ਾਂ ਦੇ ਵਿੱਚ ਵੀ ਬਾਜ਼ੀਆਂ ਹੋਣ ਲੱਗੀਆਂ, ਉਹ ਬੰਦੇ ਨਾਲ ਮਿਲਾਉਂਦੇ ਹਾਂ ਜਿਹੜਾ ਆਪਾਂ ਕਹਿ ਦਈਏ ਵੀ ਇਹ ਚੀਜ਼ ਥੰਮਣੇ, ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਵੀ ਇਹ ਚੀਜ਼ ਆਹ ਬੰਦਿਆਂ ਦੇ ਸਿਰ 'ਤੇ ਖੜੀ ਹੈਗੀ। ਬੰਦੇ ਸਾਨੂੰ ਮਿਲੇ ਕਿੱਥੇ ਸੀਗੇ, ਜਿਵੇਂ ਤੁਹਾਨੂੰ ਪਤਾ ਮੁਕਤਸਰ ਘੋੜਿਆਂ ਦਾ ਮੇਲਾ ਲੱਗਿਆ ਸੀਗਾ, ਉੱਥੇ ਅਸੀਂ ਖੜ੍ਹੇ ਸੀਗੇ ਸਾਡੇ ਬਹੁਤ ਹੀ ਸਤਿਕਾਰਯੋਗ ਜਸਪਾਲ ਸਿੰਘ ਬਰਾੜ ਜੀ ਅੰਕਲ ਕੋਲ, ਅਤੇ ਨਾਲ ਉਹਨਾਂ ਦਾ ਬੇਟਾ ਦੀ ਜੋਗ ਨੂੰ, ਅਤੇ ਉੱਥੇ ਨਾ ਅਸੀਂ ਉਹਨਾਂ ਦੇ ਘੋੜਿਆਂ ਦੀ ਵੀਡੀਓ ਸ਼ੂਟ ਕਰੀ ਜਾਂਦੇ ਸੀਗੇ, ਅਤੇ ਉੱਥੇ ਵਿੱਚ ਗੱਲ ਚੱਲ ਪਈ ਵੀ ਬਾਈ ਹੈਗਾ ਚੀਨਾ ਮਾਨਸਾ, ਜਿਹਦਾ ਤਾਮਕੋਟ ਪਿਗਣ ਦੇ ਨਾਂ 'ਤੇ ਆਪਾਂ ਕਹਿ ਦਈਏ ਵੀ ਆਪਣਾ ਕਬੂਤਰਾਂ ਦਾ ਪੇਜ ਬਣਿਆ ਹੋਇਆ ਹੈਗਾ, ਅਤੇ ਬਾਈ ਨੂੰ ਇੰਨੀ ਜ਼ਿਆਦਾ ਇਹ ਚੀਜ਼ ਬਾਰੇ ਨੌਲੇਜ ਆ। ਸਾਨੂੰ ਉਸ ਵੀਡੀਓ ਦੇ ਵਿੱਚ ਕਮੈਂਟ ਆਏ ਬੰਦਿਆਂ ਦੇ, ਮੈਨੂੰ ਪਰਸਨਲੀ ਮੈਸੇਜ ਵੀ ਆਏ, ਕਹਿੰਦੇ ਬਾਈ ਤੁਸੀਂ ਚੀਨੇ ਬਾਈ ਕੋਲ ਜਾ ਕੇ ਵੀਡੀਓ ਬਣਾਓ। ਅਤੇ ਅੱਜ ਆਪਾਂ ਪਹੁੰਚੇ ਹਾਂਗੇ ਬਾਈ ਚੀਨੇ ਦੇ ਘਰ ਮਾਨਸਾ ਦੇ ਵਿੱਚ, ਅਤੇ ਮੇਰੇ ਨਾਲ ਹੈਗਾ ਮੇਰੇ ਮਾਮੇ ਦਾ ਮੁੰਡਾ ਗੁਗਲੀ, ਅਤੇ ਇਹਨੇ ਮੈਨੂੰ ਉੱਦਣ ਸਪੈਸ਼ਲ ਫੋਨ ਕਰਿਆ, ਕਹਿੰਦਾ ਬਾਈ ਆਪਾਂ ਚੀਨੇ ਬਾਈ ਨੂੰ ਮਿਲ ਕੇ ਆਉਣਾ। ਅਤੇ ਬੰਦਾ ਜਦੋਂ ਅੱਜ ਮਿਲਿਆ ਨਾ, ਇਹਨੇ ਇੰਨੀ ਜ਼ਿਆਦਾ ਖੁਸ਼ੀ ਮਹਿਸੂਸ ਕਰੀ, ਛੱਡ ਦਿਓ ਗੱਲਾਂ। ਅਤੇ ਹੁਣ ਆਉਣੇ ਆਪਣੇ ਮਿੱਤਰ ਆਪਾਂ ਮੁੱਦੇ 'ਤੇ, ਅਤੇ ਚੀਨੇ ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਅਤੇ ਬਾਈ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਅਤੇ ਬਾਈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਟਾਈਮ ਦਿੱਤਾ ਆਪਦੇ ਕੀਮਤੀ ਸਮੇਂ ਦੇ ਵਿੱਚੋਂ। ਬਾਈ ਅਸੀਂ ਅੱਜ ਸੋਥੋਂ ਜਿਵੇਂ ਕਹਿ ਦਈਏ ਵੀ ਆਪਾਂ ਸਿੱਖਣ ਆਏ ਹਾਂਗੇ, ਅਸੀਂ ਵੀ ਖੁਦ ਸਿੱਖਣ ਆਏਗੇ, ਅਤੇ ਨਾਲ ਜਿਹੜੇ ਸਾਡੇ ਵੀਰ ਨੇਗੇ ਵੀਡੀਓ ਦੇਖਣਗੇ, ਉਹਨਾਂ ਨੂੰ ਵੀ ਬਹੁਤ ਕੁਛ ਸਿੱਖਣ ਨੂੰ ਮਿਲੂਗਾ। ਬਾਈ ਸਾਨੂੰ ਕਬੂਤਰਾਂ ਦੀ ਜਿਹੜੀ ਦੁਨੀਆ, ਵੀ ਤੁਸੀਂ ਇੱਧਰ ਕਿਵੇਂ ਆਏ, ਜਿਵੇਂ ਮਸ਼ਹੂਰ ਤੁਸੀਂ ਤਾਮਕੋਟ ਦੇ ਨਾਂ 'ਤੇ ਹੋਗੇ, ਅਤੇ ਵੀ ਇੱਥੇ ਮਾਨਸਾ ਰਹਿਣੇ ਹੋਗੇ, ਵੀ ਕਬੂਤਰਾਂ ਨੂੰ ਕਿਵੇਂ ਪਾਲਦੇ ਹੋ, ਕਿਵੇਂ ਬਾਜ਼ੀਆਂ ਹੁੰਦੀਆਂ ਨੇ, ਕੀ ਇਹਨਾਂ ਦੀ ਖਾਦ ਖੁਰਾਕ ਹੈ, ਇਹਦੇ ਬਾਰੇ ਸਾਨੂੰ ਜਿਵੇਂ ਆਪਾਂ ਕਹਿੰਦੇ ਵੀ ਏ ਟੂ ਜੈਡ ਜਾਣਕਾਰੀ ਹੁੰਦੀ ਹੈ, ਹੈ ਨਾ, ਉਹ ਦੱਸੋ ਬਾਈ। ਪਹਿਲਾਂ ਤਾਂ ਬਾਈ ਜੀ ਸਾਰੇ ਭਰਾ ਨੂੰ ਸਤਿ ਸ਼੍ਰੀ ਅਕਾਲ, ਜਿੰਨੇ ਬਾਈ ਕਬੂਤਰ ਵਾਏ ਪ੍ਰੇਮੀ ਹੈ ਸਾਰਿਆਂ ਦਾ ਬਾਈ ਬਹੁਤ ਧੰਨਵਾਦ ਜੀ, ਬਾਈ ਆਪਾਂ ਨੂੰ ਇੰਨਾ ਪਿਆਰ ਦਿੰਦੇ ਆ। ਬਾਕੀ ਬਾਈ ਦਾ ਜੀ ਆਇਆਂ ਨੂੰ ਕਹਿੰਦੇ ਆ, ਆਪਣਾ ਛੋਟਾ ਵੀਰ ਨਾਲ ਆਇਆ। ਬਾਈ ਇਹ ਜਿਹੜੀ ਕਬੂਤਰਬਾਜ਼ੀ ਹੈ ਜੀ, ਇਹ ਇੱਕ ਬਹੁਤ ਇੰਟਰਸਟਿੰਗ ਗੇਮ ਆ। ਠੀਕ ਹੈ, ਜਿਵੇਂ ਆਪਾਂ ਕਹਿ ਦਈਏ ਵੀ ਇੱਕ ਕੋਈ ਆ ਪਹਿਲਾਂ ਵਾਲੇ ਜ਼ਮਾਨੇ 'ਚ ਕਹਿੰਦੇ ਵੀ ਮਾੜਾ ਸ਼ੌਂਕ ਹੈ, ਪਰ ਅੱਜ ਦੀ ਘੜੀ ਇਹ ਜਿਵੇਂ ਕਬੱਡੀ ਵਾਂਗੂ ਬਾਈ ਪੀਕ 'ਤੇ ਆ ਸ਼ੌਂਕ। ਬਿਲਕੁਲ, ਬਹੁਤ ਪੈਸੇ ਵਾਲੀ ਖੇਡ ਹੈ ਜੀ। ਬਿਲਕੁਲ ਇੰਟਰਸਟਿੰਗ ਗੇਮ ਆ ਬਾਈ, ਬੰਦਾ ਕੋਈ ਮਾੜੀ ਆਦਤ ਨਹੀਂ ਇਹਦੇ ਹੁੰਦੇ ਹੋਏ ਕਰਦਾ, ਕਿਉਂਕਿ ਟਾਈਮ ਬਹੁਤ ਪਾਲਦੇ ਆ, ਕਿਉਂ ਤਾਂ ਧਿਆਨ ਇਹਨਾਂ 'ਚ ਹੀ ਰਹਿੰਦਾ, ਹੈ ਨਾ, 'ਚ ਰਹਿੰਦਾ ਜੀ। ਹਾਂ, ਦੂਜੀ ਗੱਲ ਬਾਈ ਆਪਣੀ ਨਾ ਮੇਰੇ ਬਰਥ ਤੋਂ ਪਹਿਲਾਂ ਦੀ ਰਿਹਾਇਸ਼ ਮਾਨਸਾ ਜੀ। ਠੀਕ ਹੈ ਬਾਈ। ਮੈਂ ਬਾਈ ਸਕੂਲਿੰਗ ਤੋਂ ਬਾਅਦ ਚੰਡੀਗੜ੍ਹ ਰਿਹਾ, ਉੱਥੇ ਮੈਨੂੰ ਬਚਪਨ ਦਾ ਹੀ ਸੀਗਾ ਜਦੋਂ ਨਾਨਕੇ ਜਾਣਾ, ਉੱਥੇ ਕਬੂਤਰਾਂ ਕਬੂਤਰਾਂ ਸ਼ੌਂਕ ਕਰਨਾ, ਪਿੰਡ 'ਚ ਜਿਹੜੇ ਆਪਣੇ ਘਰ ਰੱਖੇ ਹੁੰਦੇ ਸੀ ਨਾਨਕਿਆਂ ਦੇ ਮੁਲਾਜ਼ਮ, ਉਹਨਾਂ ਨੂੰ ਲੈ ਕੇ ਕਬੂਤਰਾਂ ਕਬੂਤਰਾਂ ਨੂੰ ਚੱਲ ਜਾਣਾ। ਠੀਕ ਹੈ। ਅਤੇ ਗਮਾਂਢ ਗਮੁੰਡ ਦੇ ਵਿੱਚ ਵੀ ਬਾਈ ਜਿਵੇਂ ਆਪਣੇ ਸ਼ਹਿਰ 'ਚ ਮਤਲਬ ਹੈ, ਪਹਿਲੇ ਦਿਨ ਤੋਂ ਹੀ ਫਿੜਕ ਸੀ ਕਬੂਤਰਾਂ ਦੀ, ਕੁੱਕੜਾਂ ਦੀ, ਕੁੱਤਿਆਂ ਗਾਤਿਆਂ ਦੀ। ਠੀਕ ਹੈ ਬਾਈ। ਉਸ ਤੋਂ ਬਾਅਦ ਕੀ ਹੋਇਆ ਬਾਈ, ਠੀਕ ਹੈ ਬਾਈ, ਆਪਣੇ ਇੱਕ ਰਿਸਪੈਕਟਡ ਭਰਾ ਸੀ ਐਕਸਪਾਇਰ ਹੋ ਗਏ ਬਾਈ ਬੋਬੀ ਤਾਮਕੋਟ, ਸਾਰੇ ਪੰਜਾਬ ਜਿੰਨੇ ਬੰਦੇ ਕੋਲ ਪੈਟ ਬੋਲ ਕੁੱਤੇ ਆ ਸਾਰੀ ਜਾਣਦੇ ਆ, ਮਤਲਬ ਸਭ ਤੋਂ ਪਹਿਲਾਂ ਉਹਨਾਂ ਨੇ ਬਲਿਊ ਕੁੱਤੇ ਇੰਪੋਰਟ ਕਰਾਏ ਸੀ। ਠੀਕ ਹੈ ਬਾਈ। ਚਲੋ, ਬਾਈ ਨਾਲ ਮੇਰੀ ਦੋਸਤੀ, ਮੈਂ ਬਾਈ ਕੋਲ ਜਾਂਦਾ ਸੀਗਾ, ਅਤੇ ਉਦੋਂ ਮੈਨੂੰ ਉੱਥੇ ਬਾਈ ਦੇ ਪਿੰਡ ਦੇ ਕਈ ਮੁੰਡੇ ਮਿਲੇ, ਮੈਂ ਕਬੂਤਰ ਉੱਥੇ ਰੱਖ ਲਏ ਜੀ ਤਾਮਕੋਟ। ਹਾਂ, ਮੇਰਾ ਜਿਹੜਾ ਆਪਦਾ ਜਿੱਦੀ ਪਿੰਡ ਹੈ ਉਹ ਬਾਈ ਸ਼ਹਿਰ ਤੋਂ 30 ਕਿਲੋਮੀਟਰ ਹੈ। ਠੀਕ ਹੈ। ਇਹ ਤਾਮਕੋਟ ਮੈਨੂੰ ਜਿਵੇਂ ਜਿਹੜਾ ਮਾਨਸਾ ਤੋਂ ਪਹਿਲਾ ਪਿੰਡ ਹੀ ਤਾਮਕੋਟ, ਪਹਿਲਾ ਪਿੰਡ ਹੀ ਆ ਤਾਮਕੋਟ, ਤਾਂ ਕਰਕੇ ਬਾਈ ਫਿਰ ਉੱਥੋਂ ਬਾਂਹ ਛੱਡੀਆਂ, ਤਾਂ ਤਾਮਕੋਟ ਨਾਲ ਤਾਮਕੋਟ ਨਾ ਜੁੜ ਗਿਆ। ਤਾਮਕੋਟ ਨਾ ਜੁੜ ਗਿਆ, ਬਹੁਤ ਬੰਦਿਆਂ ਦਾ ਪਤਾ ਨਹੀਂ ਹੈਗਾ ਵੀ ਮੇਰਾ ਪਿੰਡ ਤਾਮਕੋਟ ਵੀ ਆਪਦਾ, ਸਾਨੂੰ ਵੀ ਪਹਿਲਾਂ ਹੀ ਸੀ ਬਾਈ ਵੀ ਤੁਹਾਡਾ ਪਿੰਡ ਤਾਮਕੋਟ। ਹਾਂਜੀ, ਠੀਕ ਹੈ। ਹਾਂਜੀ, ਅਤੇ ਬਾਈ ਜਦੋਂ ਮੰਨ ਲਓ ਵੀ ਤੁਸੀਂ ਤਾਮਕੋਟ ਉੱਥੇ ਕਬੂਤਰਾਂ ਨਾਲ ਜੁੜ ਗਏ, ਹੈ ਨਾ। ਹਾਂਜੀ, ਹਾਂ, ਵੀ ਸਭ ਤੋਂ ਪਹਿਲਾਂ ਜਿਵੇਂ ਆਪਾਂ ਕਹਿ ਦਈਏ ਵੀ ਇਹਦੇ ਵਿੱਚ ਉਸਤਾਦ ਵੀ ਹੁੰਦਾ ਗਾ, ਜਿਵੇਂ ਕਹਿੰਦੇ ਵੀ ਆਪਾਂ ਕਿਸੇ ਕੰਮ 'ਚ ਗੁਰੂ ਦਾ ਘਰ ਦਾ ਬਾਈ। ਦੇਖੋ, ਜਿਹੜੀ ਵੀ ਕੋਈ ਚੀਜ਼ ਸਿੱਖਣ ਵਾਲੀ ਹੈ ਜੀ, ਹਰ ਚੀਜ਼ ਦੇ ਵਿੱਚ ਗੁਰੂ ਤਾਂ ਆਪਣੇ ਜਿਵੇਂ ਸਕੂਲ ਦੇ ਵਿੱਚ ਸਟਾਰਟਿੰਗ ਲਾ ਲਓ ਵੀ ਆਪਾਂ ਪੜ੍ਹਨ ਲੱਗਦੇ ਹਾਂ, ਗੁਰੂ ਦੀ ਤਾਂ ਉਦੋਂ ਤੋਂ ਲੈ ਕੇ ਬਾਈ ਸਿੱਖਣ ਵਾਲੀ ਹਰੇਕ ਚੀਜ਼ ਦੇ ਵਿੱਚ ਗੁਰੂ ਦੀ ਲੋੜ ਹੈ ਜੀ। ਜਿਵੇਂ ਗੁਰਬਾਣੀ ਵਿੱਚ ਵੀ ਲਿਖਿਆ ਵੀ ਗਿਆਨ ਕਾ ਵਧਾ ਬਣ ਰਹੇ ਗੁਰਬਿਨ ਗਿਆਨ। ਹਾਂਜੀ, ਹਾਂਜੀ, ਜਦੋਂ ਗੁਰੂ ਦੀ ਗੱਲ, ਆਪਣੇ ਬਾਈ ਗੁਰੂ ਬਾਈ ਆਪਣੇ ਜਿਹੜੇ ਉਸਤਾਦ ਨੇ ਉਹ ਬਾਈ ਬੱਲੂ ਮੌੜਾ ਜੀ, ਆਪਣੇ ਭਰਾ ਨੇ ਵੱਡੇ ਟੀਚਰ ਨੇਗੇ ਬਾਈ। ਠੀਕ ਹੈ। ਗੌਰਮੈਂਟ ਜੋਬ ਕਰਦੇ ਆ। ਠੀਕ ਹੈ। ਉਹ ਆਪਣੇ ਗੁਰੂ ਆ ਬਾਈ, ਉਹ ਗੌਰਮੈਂਟ ਜੋਬ ਕਰਦੇ ਹੋਏ ਉਹਨਾਂ ਨੂੰ ਵੀ ਨਾਲ ਸ਼ੌਂਕ, ਬਹੁਤ ਜ਼ਿਆਦਾ ਸ਼ੌਂਕ ਹੈ ਜੀ ਬਾਈ। ਠੀਕ ਹੈ। ਹਾਂਜੀ, ਉਹਨਾਂ ਦਾ ਠੀਕ ਹੈ। ਅਤੇ ਉਸ ਤੋਂ ਬਾਅਦ ਬਾਈ ਜਿਹੜੀਆਂ ਬਾਜ਼ੀਆਂ ਸਾਡੀਆਂ ਨੇ, ਹਾਂਜੀ, ਵੀ ਇਹ ਕਿੱਥੇ ਕਿੱਥੇ ਉਹ ਕਰੀਆਂ ਨੇ, ਜਿਵੇਂ ਸੁਣਦੇ ਆ ਵੀ ਬਾਜ਼ੀਆਂ ਜਿੱਤਣ ਦੇ ਵਿੱਚ ਕਹਿੰਦੇ ਵੀ ਚੀਨੇ ਮਾਨਸਾ ਦਾ ਪਹਿਲੇ ਨੰਬਰ 'ਤੇ ਨਾਮ ਆਉਂਦਾ ਬਾਈ। ਨਹੀਂ, ਆਪਣੇ ਤੋਂ ਬਾਈ ਬੰਦੇ ਵੱਧ ਹੀ ਬਣ ਜਾਂਦੇ ਹੋਣਗੇ,
पर बई आप जिमें मान लो भी टाइम वधिया बन जाते हैं ठीक है भी मतलब कंपीटिशन दिने भी आ ठीक है भी चंगिया दे कंपीटीटर भी है कि थान पर बाजिया जीतियां बी आप बाजिया बी जो आप हम सारिया की गल करिए लम्मी गल होजू ठीक है मोटिया बाजिया बी जिमें बड़िया बाजिया हाँ जिन्हिया पंजाब बड़िया बाजिया होंगे हाँ है बई भी अपना उन्होंने भी हिस्सा जितते है भी जिन्हें आप कह दें भी लख रुपया सरकट बाजी हाँ जी भाई हाँ बिच असी देखिया भाई ट्रैक्टर वगैरह भी रखे होंगे है ना लुधियाना साइड से जां होर नहीं नहीं हुण तां भाई ट्रैक्टर भी इस बार जो लॉकडाउन ना होया पंजाब च बाजिया हुई 2022 दे विच नाम बड़ा बी 10 ट्रैक्टर तो घट्टो घट्ट हो गए अच्छा हाँ जी जो बाजिया उत्ते नाम मोटरसाइकिल का बी हूँ बुलेट बुलेट आम मोटर 100 की गिनती च हो गई हाँ जी आप जितते किला रायपुर बाजी उत्थे ट्रैक्टर नाम से पंजा च बाजी वंडी गई थी बई वह ठीक है 18,000 मोटर की बाजी सी जी 170 75 कबूतर सी ठीक है बी हाँ जी बई बच्चे अपना आपा भी सी उत्थे भी पांच जन दे विच आ गए पांच जन दे बंडी ठीक है एक ना बई थोड़ी वीडियो बहुत वायरल हुई सी ओ थापी वाली हाँ जी बई ते ओ किवें भी पहला मन च बनाई हुई सी गल जां वैसे ही नहीं बई आ सी आपा बई देखो लोगों सामने अपनी की इमेज आपा नूं नहीं पता पर आपा बई बहुत डाउन टू अर्थ बंदे मैं इत्थों नहीं आए जे कोई भी आ गल वाली मैं तां इंटरव्यू दे विच संग जांदा ठीक है हुण तां इक दो वारी पहला हुण तां माड़ा जिहा भेत आ गया ठीक है ਉਹ ਤਾਂ ਬਈ ਜਿਵੇਂ ਮੌਕੇ 'ਤੇ ਨਾ ਮਾਹੌਲ ਹੀ ਇਹੋ ਜਿਹਾ ਬਣ ਜਾਂਦਾ ਉੱਥੇ ਬਈ ਕੰਪੀਟੀਸ਼ਨ ਬੜਾ ਸੀਗਾ ਲੋਕਡਾਊਨ 'ਚ ਜਦੋਂ ਫਸਟ ਕਿਹੜੇ ਪਿੰਡ ਦੀ ਸੀ ਬਈ ਉਹ ਪਿੰਡ ਚੌਕੇ ਬਾਜੀ ਸੀ ਜੀ ਬਾਈ ਚੌਕੇ ਠੀਕ 5,000 ਮੁੱਢ ਦੀ ਜੀ 60 ਦੇ ਨੇੜ ਕਬੂਤਰ ਸੀ ਜੀ ਠੀਕ ਹੈ ਹਾਂਜੀ ਉੱਥੇ ਉਹ ਸੀਗੇ ਉੱਥੇ ਬਈ ਕੀ ਹੋਇਆ ਜੀ 60 ਪਲੱਸ ਸੋਰੀ ਉੱਥੇ ਬਈ ਕੀ ਹੋਇਆ ਨਾ 5-6 ਕਬੂਤਰਾਂ ਦਾ ਆਪਸ 'ਚ ਮੈਚ ਫਸਿਆ ਪਿਆ ਸੀ ਪਿੱਛੋਂ 2 ਹੀ ਰਹਿ ਗਏ ਠੀਕ ਹੈ ਬਾਈ ਆਪਣਾ ਕਈ ਲੋਕਾਂ ਨੂੰ ਐਂ ਸੀ ਜਿਹੜੇ ਦਰਸ਼ਕ ਸੀ ਵੀ ਆਪਾਂ ਹਾਰ ਜਾਂਗੇ ਉੱਧਰ ਨੂੰ ਆਏ ਸੀ ਵੀ ਉਹ ਜਿਹੜਾ ਨਾਲ ਕਬੂਤਰਾ ਉਹ ਹਾਰ ਜੂਗਾ ਠੀਕ ਹੈ ਉੱਥੇ ਬਸ ਮਾਹੌਲ ਇਹੋ ਜਿਹਾ ਬਣ ਗਿਆ ਖੁਸ਼ੀ ਇੰਨੀ ਸੀ ਕੋਈ ਆਪਾਂ ਕਿਸੇ ਨੂੰ ਨੀ ਨੀਵਾਂ ਦਿਖਾਉਣ ਵਾਸਤੇ ਨਾ ਹੀ ਉਹ ਬਸ ਜਿਵੇਂ ਆਪਾਂ ਕਹਿ ਦਈਏ ਤਾਣੀ ਸਰੂਰ ਹੀ ਸੀ ਜੀ ਸਰੂਰ ਹੀ ਇਹਨਾਂ ਸੀ ਹਾਂਜੀ ਉਹ ਮੈਂ ਉਹ ਕੋਈ ਕਿਸੇ ਨੇ ਬਣਾ ਕੇ ਮੈਨੂੰ ਤਾਂ ਬਾਅਦ 'ਚ ਸੈਂਡ ਆਈ ਜਦੋਂ ਗਰੁੱਪਾ ਗਰਾਪਾ 'ਚ ਆਈ ਮੈਨੂੰ ਵੀ ਨਹੀਂ ਪਤਾ ਕੋਈ ਵੀਡੀਓ ਬਣਾਈ ਜਾਂਦਾ ਅੱਛਾ ਉਹ ਬਾਅਦ 'ਚ ਨੋਰਮਲੀ ਕਿਸੇ ਹੋਰ ਬੰਦੇ ਨੇ ਬਣਾਈ ਹਾਂਜੀ ਬਈ ਉਹ ਬਹੁਤ ਜ਼ਿਆਦਾ ਵਹਿਰ ਬਸ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕੋਈ ਚੀਜ਼ ਕੁਦਰਤ ਵੱਲੋਂ ਹੋਣੀ ਹਾਂਜੀ ਹੈ ਨਾ ਹਾਂਜੀ ਬਾਈ ਬਿਲਕੁਲ ਬਾਈ ਠੀਕ ਹੈ ਬਾਈ ਇਹ ਤਾਂ ਹੋ ਗਈ ਬਾਜੀਆਂ ਦੀ ਗੱਲ ਹਾਂਜੀ ਹੁਣ ਕਬੂਤਰਾਂ ਦੇ ਵਿੱਚ ਨਸਲਾਂ ਵੀ ਹੁੰਦੀਆਂ ਨੇ ਅੱਡੋ ਅੱਡ ਜਿਵੇਂ ਘੋੜਿਆਂ ਦੇ ਵਿੱਚ ਆਪਾਂ ਕਹਿੰਦੇ ਮਾਰਵਾੜੀ ਨੁਕੜਾ ਹੁੰਦਾ ਚੰਬੀ ਹੁੰਦੀਆਂ ਇਹਨਾਂ ਦੇ ਵਿੱਚ ਵੀ ਇੱਦਾਂ ਇੱਦਾਂ ਹੁੰਦਾ ਬਾਈ ਬਾਈ ਜੀ ਇਨਸਾਨ 'ਚ ਵੀ ਨਸਲਾਂ ਕੁੱਕੜਾਂ 'ਚ ਵੀ ਨਸਲਾਂ ਚੰਗਾ ਉਹੀ ਨਸਲ ਦਾ ਕੁੱਕੜ ਲੜੂਗਾ ਠੀਕ ਹੈ ਘੋੜਿਆਂ 'ਚ ਵੀ ਨਸਲ ਹੀ ਹੈ ਜੀ ਨਸਲ ਤਾਂ ਹਰੇਕ ਚੀਜ਼ 'ਚ ਹੈ ਇਹਨਾਂ 'ਚ ਫਿਰ ਨਿਸ਼ਾਨੀ ਕੀ ਹੁੰਦੀ ਹੈ ਨਿਸ਼ਾਨੀ ਜੀ ਬਾਈ ਇਹਨਾਂ ਦੇ ਵਿੱਚ ਦੇਖੋ ਸ਼ਕਲਾਂ ਦਾ ਬਾਈ ਥੋੜ੍ਹੀ ਸ਼ਕਲ ਦਾ ਬੰਦਾ ਵੀ ਆਪਾਂ ਨੂੰ ਹੋਰ ਮਿਲ ਜੂ ਮਿਲਦੇ ਮਿਲ ਜੂ ਪਰ ਸੁਭਾਅ ਨਹੀਂ ਹੋਣੇ ਸੁਭਾਅ ਨਹੀਂ ਹੋਣੀ ਸ਼ਕਲ ਮਿਲਦੀ ਹੋਊਗੀ ਪਰ ਜਿਹੜੀ ਕਬੂਤਰਾਂ ਦੀ ਨਸਲ ਹੈ ਬਈ ਇਹ ਕਿਵੇਂ ਪਹਿਲਾਂ ਤੋਂ ਚੱਲੀ ਹੁੰਦੀ ਹੈ ਜਿਵੇਂ ਸਰਦਾਰ ਮੋਹਨ ਸਿੰਘ ਬਲ ਸੀ ਸਰਦਾਰ ਜਸਪੀਤ ਸਿੰਘ ਬਲ ਸੀ ਠੀਕ ਹੈ ਸੀ ਬਾਬਾ ਧੰਨਾ ਜੀ ਮਹਿਰਾ ਹੋਏ ਤੋਂ ਠੀਕ ਅਤੇ ਜ਼ਿਆਦਾ ਨਸਲਾਂ ਨੂੰ ਬਈ ਜਿਹੜੀ ਜਿਨ੍ਹਾਂ ਨੇ ਜਨਮ ਦਿੱਤਾ ਵਾ ਜਿਹੜੇ ਘਰੇ ਨਸਲਾਂ ਬਣੀਆਂ ਉਹ ਸਰਦਾਰ ਮੋਹਨ ਸਿੰਘ ਬਲ ਸੀ ਇਹਨਾਂ ਬਾਦਲ ਸਾਹਿਬ ਦੇ ਕਦਮ ਬ੍ਰਦਰ ਠੀਕ ਹੈ ਜੀ ਉਹਨਾਂ ਨੇ ਬਈ ਪਿੰਡ ਚੱਕ ਬਾਦਲ ਰਾਜਸਥਾਨ ਦੇ ਵਿੱਚ ਜੀ ਉੱਥੇ ਬਈ ਪੇਅਰ ਜੋੜੇ ਲਾਏ ਜੇ ਕਦੋਂ ਕੋਈ ਚੰਗਾ ਕਬੂਤਰ ਮੁੱਲ ਮਿਲਿਆ ਮੁੱਲ ਲੈ ਲਿਆ ਠੀਕ ਹੈ ਫਿਰ ਉਹਨਾਂ ਦੇ ਬ੍ਰਦਰ ਸੀ ਬਈ ਜਿਹੜੇ ਜਸਵੀਰ ਸਿੰਘ ਬਾਦਲ ਠੀਕ ਆਹੀ ਉਹਨਾਂ ਨੇ ਕੀਤਾ ਮੁੱਲ ਲਏ ਕਬੂਤਰ ਬਈ ਉਹ ਟਾਈਮਾਂ ਦੇ ਵਿੱਚ ਬਈ ਹਜ਼ਾਰ ਰੁਪਇਆ ਐਂ ਸੀ ਵੀ 1,000 ਰੁਪਏ ਦੇ ਮਤਲਬ 5 ਕਿੱਲੇ ਜ਼ਮੀਨ ਆ ਜਾਂਦੀ ਠੀਕ ਹੈ ਬਲਦ ਬੋਲਦ ਉਹ ਜਿਵੇਂ ਉਹ ਸ਼ੌਂਕ ਦੀ ਗੱਲ ਹੈ ਕਬੂਤਰ ਲੈ ਲਿਆ ਜੇ ਮੰਨ ਲਓ ਕਿਸੇ ਨਹੀਂ ਦਿੱਤਾ ਮੁੱਲ ਤਾਂ ਉਹਦੇ ਘਰ ਬੈਠੇ ਰਹੇ 2 ਦਿਨ ਵੀ ਨਹੀਂ ਤਾਂ ਮੈਂ ਉਰੀ ਕਬੂਤਰ ਦੇ ਨਾਲੇ ਸਰਦਾਰ ਸੀਗੇ ਪਰ ਜਨੂੰਨ ਹੀ ਇੰਨਾ ਸੀ ਜਨੂੰਨ ਹੀ ਇੰਨਾ ਸੀ ਹਾਂਜੀ ਮੈਨੂੰ ਲੱਗਦਾ ਉਹ ਆਪਣੇ ਸੁਨਾਵਰ ਸਕੂਲ ਦੇ ਪੜ੍ਹੇ ਸੀ ਬਾਈ ਉਦੋਂ ਠੀਕ ਹੈ ਉਦੋਂ ਡਰਾਈਵਰ ਉਹਨਾਂ ਨੂੰ ਕਾਰ 'ਤੇ ਲੈ ਕੇ ਆਉਂਦਾ ਕਬੂਤਰਾਂ ਦੇ ਬਾਜੀਆਂ ਬੂਜੀਆਂ 'ਤੇ ਵੀ ਠੀਕ ਹੈ ਅਤੇ ਜਦੋਂ ਜਿਹੜੇ ਬੰਦੇ ਸ਼ੌਂਕੀ ਨੂੰ ਪੈਸਿਆਂ ਪੂਸਿਆਂ ਲੋੜ ਵੀ ਹੁੰਦੀ ਸੀ ਅਗਲਾ ਦੇ ਦਿੰਦਾ ਸੀ ਬਾਕੀ ਵਾਲਾ ਕਹਿੰਦਾ ਯਾਰ ਵੀ ਬਾਲ ਸਾਹਿਬ ਆਏ ਸਾਡੇ ਘਰ ਉਹਨਾਂ ਨੇ ਬਈ ਮੇਰੇ ਜਿੱਥੇ ਤੱਕ ਮੇਰੀ ਸੋਚ ਆ ਵੀ ਜੇ ਪੰਜਾਬ ਦੇ ਵਿੱਚ ਕੋਈ ਘਰ ਬਾਜੀ ਜਾਂਦਾ ਉਹਦਾ ਬੈਕਗਰਾਊਂਡ ਲੈ ਲਓ ਚੌਥੀ ਉੱਥੇ ਜਾ ਕੇ ਚੌਥੀ ਪੰਜਵੀਂ ਤੀਜੀ ਪੀੜ੍ਹੀ ਉਹ ਘਰੇ ਜਾ ਪੜਨਾ ਉਹ ਘਰੇ ਜਾ ਪੜਨਾ ਹਾਂਜੀ ਠੀਕ ਹੈ ਉਹਨਾਂ ਨੇ ਉਹ ਕਰੇ ਹਾਂਜੀ ਠੀਕ ਹੈ ਅਤੇ ਊਂ ਬਈ ਜੇ ਆਪਾਂ ਆਪ ਦੇਖੀਏ ਵੀ ਸਾਨੂੰ ਤਾਂ ਜਿਵੇਂ ਸਾਰੇ ਇੱਕੋ ਜਿਹੀ ਦੇਖਦੇ ਹੁੰਦੇ ਆ ਹੈ ਨਾ ਹਾਂਜੀ ਜਿਵੇਂ ਵਿੱਚ ਕਿਸੇ ਦਾ ਰੰਗ ਕਾਲਾ ਹੁੰਦਾ ਜਾਂ ਕਿਸੇ ਦੀਆਂ ਅੱਖਾਂ ਪੀੜੀਆਂ ਹੁੰਦੀਆਂ ਚਿੱਟੀਆਂ ਹੁੰਦੀਆਂ ਨੀਲੀਆਂ ਹੁੰਦੀਆਂ ਨੇ ਵੀ ਉਹਨਾਂ 'ਚ ਕੀ ਫਰਕ ਹੁੰਦਾ ਵੀ ਬਾਜੀਆਂ ਦੇ ਕਬੂਤਰ ਉਹਨਾਂ 'ਚੋਂ ਸਪੈਸ਼ਲ ਤਿਆਰ ਕਰਦੇ ਜਾਂ ਕਿਵੇਂ ਬਣਦੇ ਨਹੀਂ ਬਈ ਇਹਨਾਂ ਰੰਗ ਨਾਲ ਨਹੀਂ ਕੋਈ ਹੁੰਦਾ ਕਈ ਵਾਰ ਚਿੱਟੇ ਕਬੂਤਰ ਕਾਲਾ ਬੱਚਾ ਵੀ ਕੱਢ ਦਿੰਦੇ ਆ ਅੱਛਾ ਕਾਲੇ ਲਾਲ ਵੀ ਕੱਢ ਦਿੰਦੇ ਆ ਠੀਕ ਹੈ ਅਤੇ ਜਿਵੇਂ ਕਾਲਿਆਂ ਨੇ ਚਿੱਟਿਆਂ ਨੇ ਕਾਲਾ ਕੱਢ ਦੇਣਾ ਇਹ ਬਈ ਇਹਨਾਂ ਦੇ ਬਲੱਡ ਨੇ ਠੀਕ ਸੋ ਜਿਹੜੇ ਸਾਡੇ ਕਬੂਤਰ ਬਾਜੇ ਜਿਹੜਾ ਜਗਤ ਆ ਇਹਦਾ ਸਾਰਿਆਂ ਨੂੰ ਇਸ ਗੱਲ ਦੀ ਨੌਲੇਜ ਹੈ ਇਹ ਨਾ ਬਈ ਮੇਨ ਗੱਲ ਤਾਂ ਬਈ ਜਿਹੜੀ ਚੀਜ਼ ਜਿਹੜੇ ਘਰੇ ਆ ਉੱਥੋਂ ਹੀ ਮਿਲੋ ਉੱਥੋਂ ਹੀ ਮੰਨ ਲਓ ਵੀ ਆਹ ਬਾਈ ਕੋਲੇ ਕਬੂਤਰ ਨੇਗੇ ਮੀਰਾਬ ਲਾ ਲਓ ਤਾਂ ਇਹਦੇ ਕੋਲੇ ਪਿਓਰ ਮਿਲੂਗਾ ਜੇ ਐਂ ਨਹੀਂ ਹੈਗਾ ਵੀ ਹਰੇਕ ਕਾਲੀਆਂ ਕਾਲੀਆਂ ਅੱਖਾਂ ਵਾਲੇ ਜਦ ਸ਼ਾਖ ਮੀਰਾਬ ਹੁੰਦੇ ਵੀ ਹਰੇਕ ਘਰੇ ਮੀਰਾਬ ਨੇ
ਜਿੱਥੇ ਜਿਹੜੇ ਘਰੇ ਨਸਲ ਹੈ ਉੱਥੋਂ ਲੈ ਕੇ ਬਾਈ ਜਦੋਂ ਆਪਾਂ ਜੋੜਾ ਲਾਤਾ ਇਹਨਾਂ ਦਾ ਨਾ ਬਾਈ ਤਾਂ ਕਹਿੰਦੇ ਹਾਂ ਅਸੀਂ ਕਹਿਣ ਤਾਂ ਭਾਵ ਵੀ ਆਪਾਂ ਇਹਨਾਂ ਦਾ ਵੀ ਆਪਸ ਦੇ ਵਿੱਚ ਜਿਵੇਂ ਕਹਿੰਦੇ ਵੀ ਕੰਬੀਨੇਸ਼ਨ ਕੰਬੀਨੇਸ਼ਨ ਠੀਕ ਹੈ ਜਿਵੇਂ ਬਾਈ ਜਿਹੜੇ ਮਤਲਬ ਬਲੱਡ ਦਾ ਸਰਕਲ ਆ ਜਿਹੜਾ ਆਪਦਾ ਬਲੱਡ ਦਾ ਸਰਕਲ ਆ ਜੇ ਮੀਰ ਆਪ ਮਤਲਬ ਪਿਓਰ ਕਰਨੇ ਨੇਗੇ ਤਾਂ ਉਹ ਮਤਲਬ ਜਿਹੜੇ ਬੰਦੇ ਨੂੰ ਹੁਣ ਮਤਲਬ ਉਹਨਾਂ ਬਾਰੇ ਜਾਣਕਾਰੀ ਹੈਗੀ ਪੂਰੀ ਵੀ ਆਹ ਮੀਰਾ ਮੀਰ ਆਪ ਇੱਥੋਂ ਬਣਿਆਗਾ ਆਹ ਬਲੱਡ 'ਚ ਪਾ ਕੇ ਬਣਿਆ ਉਹ ਬੰਦਾ ਹੀ ਬਣਾ ਸਕਦਾ ਠੀਕ ਹੈ ਉਹ ਬੰਦਾ ਹੀ ਬਣਾ ਸਕਦਾ ਐਂ ਨਹੀਂ ਹੈਗਾ ਵੀ ਹੁਣ ਮਤਲਬ ਆਪਾਂ ਨੇ ਮੀਰਾ ਵਿੱਕ ਲੈ ਲਿਆ ਫਿਰ ਆਪਾਂ ਜਾ ਕੇ ਉਹ ਗਾਹਾਂ ਹੋਰ ਨਸਲ 'ਚ ਬਾੜਤਾ ਵੀ ਉਹ ਪਿਓਰ ਹੋ ਗਿਆ ਉਹ ਪਿਓਰ ਨਹੀਂ ਹੋਇਆ ਉਹ 50% ਹੀ ਹੋਇਆ 50% ਮੀਰਾ ਦਾ ਹੋਇਆ 50% ਦੂਜਾ ਹੋਇਆ ਠੀਕ ਹੈ ਉਹ ਪਿਓਰ ਨਹੀਂ ਹੋਇਆ ਹੈਗਾ ਪਿਓਰ ਤਾਂ ਉਹ ਜਿਮਾਂ ਤੋਂ ਜਿਹੜੀ ਹੁਣ ਬਾਈ ਚੀਨੇ ਕੋਈ ਨਸਲ ਆ ਗਈ ਜੇ ਹੁਣ ਇਹਨਾਂ ਨੂੰ ਪਤਾ ਵੀ ਆਪਣਾ ਫਲਾਨਾ ਕਬੂਤਰ ਫਲਾਨੀ ਬਾਈ ਜਿੱਤਿਆ ਗਾ ਹਨਾ ਵੀ ਮੰਨ ਕੇ ਚਲੋ ਵੀ ਇਹ ਫਲਾਨੀ ਮਾਂ ਤੀਦੀ ਫਲਾਨਾ ਇਹਦਾ ਪਿਓ ਤੀਗਾ ਵੀ ਇਹਨਾਂ ਦੋਨਾਂ ਦਾ ਬਲੱਡ ਆਪ 'ਚ ਬਣਿਆ ਫਿਰ ਉਹਦਾ ਨਾਂ ਬਣਿਆ ਉਹ ਪਿਓਰ ਤਾਂ ਹੀ ਬਣੂਗਾ ਜਾ ਉਹ ਬਾਈ ਅੱਗੇ ਨਸਲ ਆਪਦੀ ਬਣਾ ਸਕਦਾ ਦੱਸ ਕੇ ਕਹਿੰਦੇ ਵੀ ਜੇ ਅੱਡ ਤੇ ਛੱਡਦਾ ਤਾਂ ਉਹ ਬੇਜੜੀ ਹੋ ਜਾਂਦੀ ਹੈ ਹਨਾ ਵੀ ਉਹਨੂੰ ਉਹਦੇ ਨਾਲ ਹੀ ਕਰਾਉਸਿੰਗ ਕਰਾਉਣੀ ਪੈਂਦੀ ਹੈਗੀ ਵੀ ਫਿਰ ਵਧੀਆ ਜਾ ਕੇ ਗੱਲਬਾਤ ਬਣਦੀ ਆ ਬਾਈ ਚੀਨੇ ਇੱਕ ਮੈਂ ਹੋਰ ਬੇਨਤੀ ਕਰਦਾ ਵੀ ਆਹ ਸਾਡੇ ਬੰਦੇ ਦੇ ਵੀ ਸਿਰ 'ਤੇ ਹੱਥ ਧਰ ਕਿਉਂ ਇਹਨੂੰ ਘਰੇ ਗਾਲਾਂ ਪੈਂਦੀਆਂ ਨੇ ਬਹੁਤ ਅਤੇ ਪਰ ਇਹਦੇ ਤੁਹਾਨੂੰ ਦੱਸਿਆ ਇਹਦੀ ਇੱਕ ਕੁਰਬਾਨੀ ਹੋਰ ਤੀ ਇਹਨੇ ਪਤੰਦਰ ਦੇ ਸਿਰ ਦੇ ਵਿੱਚ ਪੌੜੀ ਮਰਵਾਲੀ ਦੀ ਕਬੂਤਰ ਚੱਕਦੇ ਨੇ ਇਹਦੇ ਕਲਾਊਡ ਬਣ ਗਿਆ ਤੀ ਡੀ ਐਮ ਸੀ ਤੋਂ ਓਪਰੇਸ਼ਨ ਕਰਵਾ ਕੇ ਮਸਾਂ ਬਚਿਆ ਫਿਰ ਵੀ ਡਾਕਟਰ ਨੇ ਕਿਹਾ ਕਹਿੰਦਾ ਵੀ ਬਾਹਲਾ ਭੱਜਿਆ ਭੁੱਜਿਆ ਨਾ ਕਰ ਵੀ ਹੁਣ ਨਾ ਕਰਿਆ ਕਰ ਪਰ ਫਿਰ ਵੀ ਜਿਵੇਂ ਆਪਾਂ ਕਹਿ ਦਈਏ ਵੀ ਮੌਤ ਤੋਂ ਨਹੀਂ ਡਰਦਾ ਪਰ ਸ਼ੌਂਕ ਦੇਖੋ ਕਿਹੋ ਜਿਹਾ ਬਾਈ ਇਹ ਸ਼ੌਂਕ ਹੀ ਨਹੀਂ ਛੁੱਟਿਆ ਹਾਂ ਇਹਨੇ ਸਪੈਸ਼ਲ ਫੋਨ ਕਰਿਆ ਤੀ ਕਹਿੰਦਾ ਵੀ ਜਿੱਦਣੇ ਬਾਈ ਚੀਨੇ ਕੋਲ ਗਏ ਮੈਨੂੰ ਲੈ ਕੇ ਜਾਇਓ ਅਤੇ ਬਾਈ ਇਹਨਾਂ ਦੀ ਖਾਦ ਖੁਰਾਕ 'ਚ ਕੀ ਆ ਜਾਂਦਾ ਜਿਹੜੇ ਇੱਕ ਤਾਂ ਹੋ ਗਏ ਸਿੰਪਲ ਕਬੂਤਰ ਹੋ ਜਾਂਦੇ ਨੇ ਹੈ ਨਾ ਜਿਹੜੇ ਆਪਣੇ ਆਮ ਘਰਾਂ 'ਚ ਰੱਖੇ ਹੋਏ ਨੇ ਇੱਕ ਕਬੂਤਰ ਹੁੰਦੇ ਨੇ ਬਾਜੀਆਂ ਨੇ ਵੀ ਉਹ ਜਿਵੇਂ ਤੁਸੀਂ ਦੱਸਿਆ ਵੀ ਸਪੈਸ਼ਲ ਨਸਲ ਹੁੰਦੀ ਹੈਗੀ ਹੈ ਨਾ ਅਤੇ ਬਰੀਡ ਹੁੰਦੀ ਹੈ ਅਤੇ ਵੀ ਉਹਨਾਂ ਦੀ ਖਾਦ ਖੁਰਾਕ 'ਚ ਫਰਕ ਹੁੰਦਾ ਨਹੀਂ ਬਾਈ ਫਰਕ ਤਾਂ ਨਹੀਂ ਕੋਈ ਵੀ ਹੁੰਦਾ ਜਿਹੜਾ ਸਿੰਪਲ ਹੈ ਖੁਰਾਕ ਤਾਂ ਉਹਨਾਂ ਦੀ ਵੀ ਇਹੀ ਹੈ ਜੇ ਉਹਨਾਂ ਨੂੰ ਆਪਾਂ ਜ਼ਿਆਦਾ ਸਾਂਭ ਕਰਾਂਗੇ ਆਹੀ ਡਾਇਟ ਪਾਵਾਂਗੇ ਇਹ ਹੁਣ ਬੇਚਾਰੇ ਜਾਨਵਰ ਇਹਨਾਂ ਨੇ ਢੋਲ ਦਾ ਮੂੰਹ ਤਾਂ ਖੋਲ੍ਹਣਾ ਇਹਦਾ ਮਾਲਕ ਨਹੀਂ ਵੇਖਣਾ ਵੀ ਕੀ ਪਾਉਣਾ ਠੀਕ ਹੈ ਇਹਨਾਂ ਦੀ ਬਾਈ ਕੋਈ ਫਰਕ ਨਹੀਂ ਪਰ ਜੇ ਆਪਾਂ ਮੰਨ ਲਓ ਪ੍ਰੋਪਰ ਡਾਇਟ ਦੇਣੀ ਹੈ ਤਾਂ ਬਾਈ ਜਿੰਨੇ ਆਪਣੇ ਮਿਨਰਲ ਵਿਟਾਮਿਨ ਸਾਰੇ ਬਾਈ ਇਹਨਾਂ ਨੂੰ ਚਾਹੀਦੇ ਡਾਇਟ ਦੇ ਵਿੱਚ ਕਿਉਂਕਿ ਇਹਨਾਂ ਨੇ ਬਾਈ ਜਾਨਵਰ ਜਿਵੇਂ ਆਪਾਂ ਕਹਿੰਦੇ ਵੀ ਮਲਟੀ ਵਿਟਾਮਿਨ ਆਪਾਂ ਲੈ ਲੈਂਦੇ ਹਾਂ ਜਿਵੇਂ ਹੁਣ ਮੰਨ ਲਓ ਵੀ ਇੱਕ ਬਾਈ ਪਿੰਜਰੇ ਦੇ ਵਿੱਚ ਬੰਦ ਆ ਉਹਨੂੰ ਇਨਵਾਇਰਮੈਂਟ ਜੋ ਨਹੀਂ ਕੁਛ ਮਿਲ ਰਿਹਾ ਉਹਨੂੰ ਡਾਇਟ ਆਪ ਨਹੀਂ ਕੁਛ ਖਾ ਰਿਹਾ ਫਿਰ ਆਪਾਂ ਉਹਨੂੰ ਜੇ ਸਾਰੀਆਂ ਡਾਇਟਾਂ ਪਾਵਾਂ ਸਾਰੇ ਦਾਣੇ ਪਾਵਾਂਗੇ ਸਾਰੇ ਪੂਰੇ ਹੋਣਗੇ ਨਾ ਬਾਈ ਬਿਲਕੁਲ ਇਹਨੂੰ ਬਾਈ ਸਰੋਂ ਛੋਲੇ ਕਣਕ ਮੱਕੀ ਬਾਜਰਾ ਸਾਰਾ ਕੁਛ ਹਿਡਬਲੇਟ ਪਾਉਣਾ ਚਾਹੀਦਾ ਪ੍ਰੋਪਰ ਡੀਵਾਰਮ ਕਰਨੇ ਚਾਹੀਦੇ ਨੇ ਪ੍ਰੋਪਰ ਬਾਈ ਜਿਹੜਾ ਇਹਨਾਂ ਨੂੰ ਵਿਟਾਮਿਨ ਮਿਨਰਲ ਡੀਵਾਰਮ ਕਿਵੇਂ ਹੋ ਗਏ ਬਾਈ ਵੀ ਆਪਣੇ ਡਾਈਜੈਸ਼ਨ ਇਹਨਾਂ ਦੇ ਪੇਟ ਦੇ ਵਿੱਚ ਮੜੱਪ ਕਹਿੰਦੇ ਕੀੜੇ ਪੈ ਜਾਂਦੇ ਉਹ ਬਾਈ ਜਦੋਂ ਤਾਂ ਇਹ ਬਾਹਰ ਹੁੰਦੇ ਆ ਜਿਵੇਂ ਤਾਰਾ ਮੀਰਾ ਖਾ ਲਿਆ ਔਰ ਜਿਵੇਂ ਗੋਲੇ ਕਬੂਤਰ ਇਹ ਤਾਂ ਬਾਈ ਉਵੇਂ ਰੂੜੀਆਂ ਰੂੜੀਆਂ ਚੁੱਕ ਕੇ ਉਹਦਾ ਪੋਟਾ ਪੋਟਾ ਸਾਫ਼ ਕਰ ਲੈਂਦੇ ਆ ਠੀਕ ਹੈ ਜਿਹੜੇ ਖੁੱਡੇ ਦੇ ਵਿੱਚ ਹੁਣ ਆਪਾਂ ਨਾ ਤਾਂ ਆਪਾਂ ਬਾਈ ਰੂੜੀ ਪਾਉਂਦੇ ਹਾਂ ਨਾ ਮਿੱਟੀ ਖਾਣ ਨੂੰ ਮਿਲਦੀ ਹੈ ਨਾ ਇਹਨੂੰ ਉਹ ਜਿਹਾ ਇਨਵਾਇਰਮੈਂਟ ਇਨਵਾਇਰਮੈਂਟ ਨਹੀਂ ਹੁੰਦਾ ਉਹ ਬਾਈ ਇਹਨਾਂ ਦੇ ਜ਼ਿਆਦਾ ਬਣਦੇ ਆ ਕਿਉਂਕਿ ਬਿੱਠਾ ਬੁੱਠਾਂ 'ਚ ਦਾਣੇ ਖਾ ਲੈਂਦੇ ਆ ਬਿੱਠਾ ਪਾਣੀ ਪੀ ਲੈਂਦੇ ਆ ਉਹ ਜਿਹੜੇ ਪੇਟ ਦੇ ਕੀੜੇ ਆ ਉਹ ਜਰਮਸ ਅੰਦਰ ਪਾ ਕੇ ਡੀਹਾਈਡਰੇਸ਼ਨ ਹੋ ਜਾਂਦੀ ਹੈ ਆਪਾਂ ਕਹਿੰਦੇ ਵੀ ਫੂਡ ਪੋਇਜ਼ਨ ਹੋ ਗਈ ਨਹੀਂ ਫੂਡ ਪੋਇਜ਼ਨ ਉਹ ਇਹਨਾਂ ਦੇ ਬਾਈ ਮੜੱਪ ਜ਼ਿਆਦਾ ਬਣਦੇ ਆ ਮੜੱਪ ਬਣਦੇ ਆ ਹਾਂਜੀ ਉਹ ਬਾਈ ਪ੍ਰੋਪਰ 6 ਮਹੀਨੇ 2 ਵਾਰੀ ਡੀਵਾਰਮ ਕਰ ਲੈਣੇ ਚਾਹੀਦੇ ਆ ਠੀਕ ਕਬੂਤਰਾਂ ਨੂੰ ਪਤੀ ਹੈ ਬਾਹਰੋਂ ਗੁਰੂ ਆਉਣ ਲੱਗੀਆਂ ਹੁਣ ਬੋਟਡ ਦਵਾਈਆਂ ਆਪਣੇ ਅੱਛਾ ਉਹ ਵੀ ਦਵਾਈ ਪਾਣੀ 'ਚ ਘੋਲ ਕੇ ਪਿਉਣੀ ਹੁੰਦੀ ਜਿਹੜੀਆਂ ਇੱਧਰਲੀਆਂ ਬਾਈ ਮੁਰਗੀਆਂ ਵਾਲੀਆਂ ਉਹ ਤਾਂ ਪਾਣੀ 'ਚ ਘੋਲੀਆਂ ਜਾਂਦੀਆਂ ਜਿਹੜੀਆਂ ਬਾਹਰਲੀਆਂ ਨੇ ਸਪੈਸ਼ਲ ਆਪਣਾ ਫੋਰਬੀਜ਼ਨ ਨੇਗੀਆਂ ਉਹ ਤਾਂ ਜੀ ਬਾਈ ਇੱਕ ਟੈਬਲੇਟ ਆਉਂਦੀਆਂ ਨੇ ਠੀਕ ਹੈ ਇੱਕ ਕੀ ਕਈ ਪ੍ਰਕਾਰ ਦੇ ਆਉਂਦੀਆਂ ਨੇ ਬਾਈ ਜਿਵੇਂ ਵਰਮ ਆਊਟ ਬੀਟਾ ਵਰਮ ਦੀ ਹੈ ਮੈਡੀ ਵਰਮ ਹੋਰ ਬਾਈ ਕਈ ਆਉਂਦੀਆਂ ਨੇ ਠੀਕ ਹੈ ਉਹ ਬਾਈ ਇੱਕ ਕਬੂਤਰ ਨੇ ਗੋਲੀ ਦੇ ਕੇ ਬਸ ਉੱਪਰ ਜਿੰਨਾ ਉਹਦਾ ਹੁੰਦਾ ਹੈਗਾ ਪਾਣੀ ਦਿੱਤਾ ਜਾਂਦਾ ਵੀ ਜਾਣੀ ਆਪਾਂ ਦੇਖੀਏ ਮਿੱਤਰੋ ਪੂਰੀ ਸਾਂਭ ਸੰਭਾਲ ਕਰਨੀ ਪੈਂਦੀ ਹੈ ਵੀ ਪੂਰੀ ਦੇਖ ਰੇਖ ਦੇ ਨਾਲ ਹਨਾ ਇਹ ਨਹੀਂ ਹੈਗਾ ਜੀ ਬੰਦਾ ਰੱਖ ਕੇ ਉਦੋਂ ਬਾਅਦ ਭੁੱਲ ਜਾਏ ਜਾਂ ਕੁਛ ਹੋਰ ਹੋ ਨਹੀਂ ਨਹੀਂ ਆਪਣੇ ਬਾਈ ਹੁਣ 2 ਬੰਦੇ ਰੱਖੇ ਹੋਏ ਆ ਠੀਕ ਹੈ ਮਾਰਨਿੰਗ ਉਹਨਾਂ ਨੇ ਉੱਠਣਾ ਬਾਈ ਪਹਿਲਾਂ ਸਾਰੇ ਪਾਣੀ ਪੂਣੀ ਧੋ ਕੇ ਜਿਵੇਂ ਜਿਹੜੇ ਇਹਨਾਂ ਦਾ ਭੁੱਜੇ ਗਾਜੇ ਪਾਣੀ ਬਦਲਣਾ ਟਾਈਮ 'ਤੇ ਪ੍ਰੋਪਰ ਦਾਣੇ ਪਾਉਣੇ ਆ ਖੁੱਡੇ ਖੜੇ ਸਫਾਈ ਉਹ ਐਂ ਡੇਲੀ ਉਹਨਾਂ ਨੇ ਨਿਗਾਹ ਮਾਰਨੀਆਂ 20-20 ਮਿੰਟ ਖੁੱਡੇ 'ਚ ਖੜ ਕੇ ਵੀ ਕੋਈ ਕਬੂਤਰ ਮਾੜਾ ਜਿਹਾ ਜੇ ਡਾਊਨ ਤਾਂ ਨਹੀਂ ਉਹਨੂੰ ਰੋਜ਼ ਬੱਚੇ ਰਹਿੰਦਾ ਬੰਦਾ ਉਹਨੂੰ ਪਤਾ ਲੱਗ ਗਿਆ ਬਿਲਕੁਲ ਵੀ ਆਹ ਯਾਰ ਅੱਜ ਇੱਕ ਨਾ ਬਈ ਮੈਂ ਹੋਰ ਗੱਲ ਸੁਣੀ ਤੀ ਵੀ ਕਹਿੰਦੇ ਵੀ ਕਬੂਤਰਾਂ ਨੂੰ ਜਿਹੜੀਆਂ ਜੜੀਆਂ ਬੂਟੀਆਂ ਪਾਉਂਦੇ ਨੇ ਭਸਮਾਂ ਪਾਉਂਦੇ ਨੇ ਹਨਾ ਹਾਂਜੀ ਵੀ ਜਿਵੇਂ ਕਸਤੂਰੀ ਦੀ ਵੀ ਗੱਲ ਸੁਣੀ ਤੀਗੀ ਹਾਂਜੀ ਵੀ ਉਹ ਕਸਤੂਰੀ ਮਿਲ ਜਾਂਦੀ ਆ ਪਾਉਣ ਵਾਸਤੇ ਜਾਂ ਵੀ ਉਹ ਜੜੀਆਂ ਬੂਟੀਆਂ ਵਾਲਾ ਕੀ ਸਿਸਟਮ ਆ ਬਾਈ ਦੇਖੋ ਜੀ ਆਪਾਂ ਕਿਸੇ ਦੀ ਗੱਲ ਨਹੀਂ ਕੱਢਦੇ ਵੀ ਸ਼ਾਇਦ ਕੋਈ ਪਾਉਂਦਾ ਹੋਵੇ ਠੀਕ ਹੈ ਪਰ ਬਾਈ ਜਿਹੜੇ ਮੇਰੇ ਗੁਰੂ ਆ ਜਿਹੜੇ ਮੇਰੇ ਉਸਤਾਦ ਜੀ ਆ ਬਾਈ ਬੱਲੂ ਮੌੜ ਆਪਣੇ ਵੱਡੇ ਭਰਾ ਨੇ ਕਬੂਤਰ ਵਾਲੇ ਥਾਮੀ ਆ ਬਾਈ ਮਿੱਕੀ ਠੀਕ ਹੈ ਅਤੇ ਇੱਕ ਆਪਣਾ ਛੋਟਾ ਭਰਾ ਨਿਸ਼ਾਨ ਉਹਦੇ ਨਾਲ ਵੀ ਕੋਈ ਸਲਾਹ ਮਸ਼ਵਰਾ ਕਰ ਲੈਂਦੇ ਹਾਂ ਠੀਕ ਹੈ ਅਤੇ
ਸਾਨੂੰ ਨਹੀਂ ਕਦੇ ਸਾਡੀ ਲਾਈਫ ਦੇ ਵਿੱਚ ਕੋਈ ਕਸਤੂਰੀ ਦਾ ਬਰਡ ਆਇਆ, ਠੀਕ ਹੈ, ਨਾ ਕਿਸੇ ਮਹਿੰਗੀ ਚੀਜ਼ ਦਾ ਆਇਆ, ਵੀ ਜੜੀਆਂ ਬੂਟੀਆਂ ਦਾ ਕੋਈ ਉਹ ਨਹੀਂ, ਕੋਈ ਉਹ ਨਹੀਂ ਬਾਈ, ਵਧੀਆ ਦਾਣੇ ਪਾਓ, ਤੰਦਰੁਸਤੀ ਦਾ ਮਿਲ ਹੈ ਜੀ ਇਹ, ਜੇ ਕਬੂਤਰ ਉਹਦੇ ਫਿੱਟ ਹੋਣਗੇ ਸਹੀ ਸਾਂਭ ਕੇ ਛੱਡਾਂਗੇ। ਆਪਾਂ ਤਾਂ ਜਿਵੇਂ ਬਾਈ ਮਿਸਤਰੀ ਦਾ ਕੰਮ ਕਰਨਾ ਕਬੂਤਰਬਾਜ਼ੀ 'ਚ, ਮਿਸਤਰੀ ਦਾ ਕੰਮ ਆਏ ਹਾਂ ਬਾਈ, ਜਿਵੇਂ ਮਿਸਤਰੀ ਨੇ ਮੋਟਰਸਾਈਕਲ ਇੰਜਨ ਬੰਨਤਾ, ਉਹਦੇ ਵਿੱਚ ਬਾਹਰੋਂ ਤਾਂ ਕੁਛ ਲਿਆ ਕੇ ਨਹੀਂ ਪਾਇਆ, ਸਾਫ ਹੀ ਐਕਟੀਵਿਟੀ ਕਰੇ ਆਪਾਂ ਤਾਂ ਉਹ ਕੰਮ ਕਰਨਾ ਜੀ, ਸਾਰਾ 150 ਰੁਪਏ ਖੇਡ ਹੈ ਬਾਈ, ਇਹ ਵੱਡਾ ਕੰਮ ਨਹੀਂ ਹੈਗਾ, ਠੀਕ ਹੈ, ਜਿਵੇਂ ਜਿਹੜੇ ਜੜੀਆਂ ਬੂਟੀਆਂ ਐਵੇਂ ਆਪਾਂ ਕਿਸੇ ਨੂੰ ਗੁੰਮਰਾਹ ਕਰੀਏ, ਉਹ ਲੋਕਾਂ ਦੀ ਖੇਡ 'ਚ ਹੋਊਗਾ, ਅਸੀਂ ਨਹੀਂ ਕਹਿੰਦੇ ਵੀ ਨਹੀਂ, ਪਰ ਜਿਹੜਾ ਆਪਾਂ ਕੁਛ ਕਰਦੇ ਹਾਂ ਬਾਈ, ਆਪਣਾ ਤਾਂ ਪਾਣੀ ਧਾਣੀ ਨੇ ਜੀ, ਠੰਡੀਆਂ ਚੀਜ਼ਾਂ ਪੰਜ ਚਾਰ, ਠੀਕ ਹੈ। ਅਤੇ ਬਾਈ ਜੇ ਕਿਸੇ ਨੇ ਮੰਨ ਲਾ ਵੀ ਨਵੇਂ ਬੰਦਿਆਂ ਨੂੰ ਮੁੰਡਿਆਂ ਨੂੰ ਬਹੁਤ ਸ਼ੌਂਕ ਪੈ ਰਿਹਾ ਹੈ ਨਾ ਜਿਵੇਂ ਆਹ ਗਾ, ਅਤੇ ਵੀ ਉਹਨਾਂ ਵਾਸਤੇ ਕੀ ਸਲਾਹ ਦਿਓਗੇ? ਉਹਨਾਂ ਵਾਸਤੇ ਬਾਈ ਸਲਾਹ ਇਹ ਹੈ ਜੀ ਵੀ ਬਾਈ ਪਹਿਲਾਂ ਤਾਂ ਬਾਈ ਉਹ ਵਧੀਆ ਕਬੂਤਰ ਲੈਣ, ਠੀਕ ਹੈ, ਜੇ ਕਿਸੇ ਤੋਂ ਲੈਂਦੇ ਅਗਲੇ ਨੂੰ ਕਹਿੰਦੇ ਸਾਨੂੰ 400 ਇੱਕ ਦੇ ਦੇ, ਠੀਕ ਹੈ ਬਾਈ, ਸਾਡੇ ਸਾਹਮਣੇ ਉੱਡਿਆ ਦੇ ਦੇ, ਠੀਕ ਹੈ, ਬਾਜੀ ਹਰਿਆ ਦੇ ਦੇ, ਪਰ ਬਾਜੀ ਜ਼ੋਰ ਲਾਵੇ ਪਿੰਡਰਾਂ ਛੱਡਿਆ ਹੋ, ਇਹ 'ਚ ਕੰਮ ਸਭ ਤੋਂ ਮਾੜਾ ਭੱਜਣ ਵਾਲੇ ਕਬੂਤਰ, ਅੱਛਾ, ਉੱਡਦੇ ਜ਼ਿਆਦਾ ਹੁੰਦੇ ਨੇ ਬਾਜੀ 'ਤੇ ਭੱਜ ਜਾਂਦੇ ਆ, ਠੀਕ ਹੈ, ਫਿਰ ਬਾਈ ਚੰਗੇ ਉਸਤਾਦ ਕੋਲ ਜਾਣ, ਉਹਨੂੰ ਕਹਿਣਾ ਵੀ ਬਾਈ ਜਿਵੇਂ ਤੂੰ ਚੱਲੇ ਆ ਤੇਰੇ ਨਾਲ ਹੀ ਆ ਵੀ, ਪਰ ਸਾਨੂੰ ਕਬੂਤਰ ਬਾਜੀ ਸ਼ੌਂਕ ਆ, ਕੋਈ ਪੈਸੇ ਲਾਲਚ ਨਹੀਂ, ਕੋਈ ਚੀਜ਼ ਨਹੀਂ, ਵੀ ਬਾਜੀ ਜਿੱਤਣ ਤੱਕ ਹੀ ਉਹਦਾ ਟਾਰਗੇਟ ਰੱਖਣ, ਜੇ ਆਪਾਂ ਕਹੀਏ ਬਾਈ ਵੀ ਆਪਾਂ ਕਿਸੇ ਤੋਂ 10 ਲੈ ਲਏ ਉਹ ਤੋਂ 10 ਲੈ ਲਏ, ਉਹ ਤਾਂ ਆਪਾਂ ਦਾ ਬਾਈ 10 ਸਾਲ ਤਾਂ ਆਪਾਂ ਉਹਨਾਂ ਰਿਜ਼ਲਟ ਕੱਢਦੇ ਹਾਰ ਜਾਂਗੇ, ਹੁਣ 10 ਜੁੜੇ ਆਪਣੇ ਕੋਲ ਮਾੜੇ ਆ ਗਏ, ਉਹ ਜਦੋਂ ਤੱਕ ਆਪਾਂ ਉਹਨਾਂ ਨੂੰ ਉਹਨਾਂ ਦੇ ਬੱਚੇ ਪ੍ਰੋਪਰ ਕਿੰਨੇ ਟਾਈਮ 'ਚ ਬੱਚੇ ਦਿੰਦੇ ਆ ਬਾਈ, ਜਿਵੇਂ ਆਪਾਂ ਕਹਿੰਦੇ ਵੀ ਆਂਡੇ ਦੇ ਕੇ ਉਹ ਤੋਂ ਬਾਅਦ ਬੱਚੇ ਕੱਢਦੇ ਆ ਬਾਈ, ਇਹ ਨਾ ਬਾਈ ਪੰਜ ਜਦੋਂ ਛੱਡ ਦਿੰਦੇ ਆ ਫੇਰ 5-7 ਦਿਨ 'ਚ ਮਿਲ ਕੇ ਜੀ ਆਂਡੇ ਰੱਖ ਲੈਂਦਾ, 10 ਦਿਨ 'ਚ, 10 ਦਿਨ 'ਚ, ਠੀਕ ਹੈ, 19-20 ਦਿਨ 21 ਦਿਨਾਂ ਦੇ ਵਿੱਚ ਬਾਈ ਬੱਚੇ ਨਿਕਲੇ ਹੁੰਦੇ ਆ, ਮੰਨ ਲਓ ਸਾਰਾ ਸਵਾ ਮਹੀਨੇ ਦਾ ਪ੍ਰੋਸੈਸ ਹੈ, 70 ਦਿਨਾਂ ਦੇ ਵਿੱਚ ਬੱਚਾ ਉੱਡਣ ਲੱਗ ਜਾਂਦਾ ਬਾਈ, 70 ਦਿਨਾਂ 'ਚ, 70 ਦਿਨ ਬੰਦ ਕੇ ਚੱਲੋ ਵੀ 2-10 ਮਹੀਨੇ 2-10 ਇੱਕ ਨਾ ਬਾਈ ਜਦੋਂ ਆਪਾਂ ਕਬੂਤਰ ਛੱਡਦੇ ਹਾਂ ਬਾਜੀ ਦੇ, ਹਨਾ, ਹਾਂਜੀ, ਜਿਹੜਾ ਵੀ ਉਹਨੂੰ ਪਾਣੀ ਲਾਉਣੇ ਹੁੰਦੇ ਆ ਉਹਦੇ ਬਾਰੇ ਕੀ ਦੱਸੋ, ਦਸ ਕੀ ਲਾਉਣੇ, ਪਾਣੀ ਕਿੰਨਾ, ਪਾਣੀ ਕੀ ਸਿਸਟਮ ਹੁੰਦਾ ਬਾਈ? ਉਹ ਮੈਂ ਪਹਿਲਾਂ ਵੀ ਆਪਣੇ ਵੀਰ ਨੇ ਇੱਕ ਨੇ ਇੰਟਰਵਿਊ ਕਰੀ ਸੀ ਉਹ 'ਚ ਦੱਸੀ ਹੈ ਗੱਲ, ਇਹ ਨਾ ਬਾਈ ਐਂ ਨਹੀਂ ਹੁੰਦਾ ਵੀ ਆਪਾਂ ਅੱਜ ਡਾਉਣ ਲੱਗ ਗਏ ਵੀ ਇਹਨੂੰ ਪਾਣੀ ਲਾ ਦਈਏ, ਇਹਦੇ ਬਾਈ ਜਦੋਂ ਬਾਡੀ ਦਾ ਅੰਦਰਲਾ ਪਾਣੀ ਮੱਚ ਜਾਂਦਾ, ਜਦੋਂ ਆਪਾਂ ਮੰਨ ਲਓ ਹੁਣ ਗਰਮੀਆਂ ਐਂ ਖੱਡਣ ਲੱਗ ਗਏ ਇਹਨੂੰ, ਜਦੋਂ ਇਹਦਾ ਅੰਦਰਲਾ ਪਾਣੀ ਮੱਚ ਗਿਆ ਬਾਈ ਆਪਾਂ ਨੂੰ ਪਤਾ ਲੱਗ ਗਿਆ ਵੀ ਹੁਣ ਘੱਟ ਕੇ ਆਉਣ ਲੱਗ ਗਿਆ ਇਹ, ਠੀਕ, ਜਦੋਂ ਅੰਦਰ ਪਾਣੀ ਹੋਊਗਾ ਇਹ ਪਹਿਲਾਂ ਹੀ ਬਹੁਤ ਉੱਡੂਗਾ, ਜਦੋਂ ਤੁਸੀਂ ਵੀਰੇ ਮੰਨ ਕੇ ਜੇ ਤੁਸੀਂ ਕਿੰਨੇ ਦਿਨ ਘਰੇ ਸੁੱਕੇ ਉਡਾਈਆਂ ਕਰਾਉਣੇ ਹੋ ਅਤੇ ਕਿੰਨੇ ਪਾਣੀ ਲਾ ਕੇ ਬਾਜੋ ਛੱਡ ਦਿਓਗੇ ਕਬੂਤਰ? ਅਸੀਂ ਬਾਈ ਮੈਂ ਸੁਣਾ ਦਾ, ਅਸੀਂ ਬਾਈ ਜਦੋਂ ਕੱਢ ਲਿਆ ਅਸੀਂ ਨਾ 12-13 ਵਾਰੀਆਂ ਘਰੇ ਸੁੱਕੀਆਂ ਕਰਾਉਂਦੇ, ਸੁੱਕੀਆਂ ਮਹੀਨੇ ਦੇ ਵਿੱਚ ਮੰਨ ਲਓ ਵੀ 26 ਦਿਨ ਹੋ ਗਏ, ਉਹ ਸਾਰੀਆਂ ਸੁੱਕੀਆਂ ਇਕੱਠੀਆਂ ਕਰਾਉਣੀਆਂ, ਜਾਂ ਮਤਲਬ ਵਿੱਚੋਂ ਇੱਕ ਡਗਾਇਆ 4-5 ਦਿਨ ਇਕੱਠੀਆਂ ਕਰਾ ਕੇ ਬਾਈ ਘਰੇ ਡਾਉਣੇ ਬਾਈ ਕਬੂਤਰ? ਉਦੋਂ ਘਰੇ ਡਾਉਂਦੇ ਹਾਂ ਬਾਈ 5-7 ਦਿਨ ਲਗਾਤਾਰ ਡਾ ਕੇ, ਫਿਰ ਜਦੋਂ ਪਤਾ ਲੱਗੇ ਜ਼ੋਰ ਲਾਉਣ ਲੱਗ ਗਿਆ ਇੱਕ ਦਿਨ ਰੈਸਟ ਕਰਾਉਣ ਲੱਗ ਜਾਂਦੇ, ਠੀਕ ਹੈ, ਜਿਵੇਂ ਜਿੰਮ ਵਾਲਾ ਹਿਸਾਬ ਹੋ ਗਿਆ ਜਿਵੇਂ ਅੱਜ ਡਾਤਾ ਕੱਲ੍ਹ ਨੂੰ ਰੈਸਟ, ਕੱਲ੍ਹ ਨੂੰ ਦੀ ਰਿਕਵਰੀ ਹੋ ਗਈ, ਜਿੰਨਾ ਇਹਦਾ ਕੱਲ੍ਹ ਜ਼ੋਰ ਲੱਗਿਆ ਲੋ ਚੱਲਦੀ ਹੁੰਦੀ ਉਦੋਂ ਬਾਈ, ਇਹਦਾ ਬਾਈ ਹੋਰ ਇਹਦਾ ਬੋਡੀ 'ਚ ਪਾਣੀ ਵੀ ਮੱਚਦਾ ਜ਼ਿਆਦਾ, ਠੀਕ ਹੈ, ਅਤੇ ਜਦੋਂ ਬਾਈ ਉਹ ਹੋ ਗਿਆ ਆਪਣਾ ਉੱਡ ਕੇ ਉਹਦਾ ਰੈਸਟ ਕਰਵਾਤੀ, ਠੀਕ ਹੈ, 5-7 ਵਾਰੀ ਐਂ ਕਰਾ ਕਰਿਆ 5-7 ਵਾਰੀ ਸੁੱਕੀਆਂ ਕਰਾ ਕੇ, ਉਸ ਤੋਂ ਬਾਈ ਇਹਨੂੰ ਇੱਕ ਪਹਿਲਾਂ ਦਾ ਮੂੰਹ ਗਿੱਲਾ ਕਰ ਦਿੰਦੇ ਹਾਂ, ਅੱਛਾ ਬਾਈ, ਜੇ ਇੱਕ ਵਾਰੀ ਪਾਣੀ ਦੇ ਵੱਧ ਕਰਦੇ ਜੇ ਸੁੱਜ ਵੀ ਜਾਂਦੇ ਆ, ਅੱਛਾ, ਇਹਨਾਂ ਨੂੰ ਪਾਣੀ ਲੜ ਜਾਂਦਾ, ਠੀਕ ਹੈ, ਜਿਵੇਂ ਆਪਾਂ ਕਹਿੰਦੇ ਵੀ ਨਰਦੇ ਕਾਲ 'ਚ ਪਾਣੀ ਲੜ ਗਿਆ ਉਸ ਤਰ੍ਹਾਂ ਨਹੀਂ, ਖਾਲੀ ਪੇਟ ਜਿਵੇਂ ਹੋਰ ਕਿਵੇਂ? ਉਵੇਂ ਨਹੀਂ, ਉਹ ਕਬੂਤਰ ਦੀ ਦੇਖਣਾ ਪੈਂਦਾ ਸਾਹਿਬ ਨੂੰ, ਠੀਕ ਹੈ, ਉਹ ਬਾਈ ਦੱਸ ਜਦੋਂ ਬਾਈ ਮੱਚ ਜਾਂਦਾ ਅੰਦਰਲਾ ਪਾਣੀ, ਉਸ ਤੋਂ ਬਾਅਦ ਪਾਣੀ ਨੂੰ ਐਂ ਸ਼ਹਿਦ ਵਾਂਗੂ ਮੰਨਦੇ ਆ, ਠੀਕ ਹੈ, ਜੇ ਇਹਨੂੰ ਮੰਨ ਲਓ ਤਾਂ ਮੂੰਹ ਗਿੱਲਾ ਵੀ ਕਰਤਾ ਇਹਨੇ 2 ਘੰਟੇ ਵੱਜ ਜਾਣਾ, ਜੇ ਇਹਨੂੰ ਤੀਜੇ ਦਿਨ 5 ml ਦੇ ਦਾ ਇਹਨੇ ਹੋਰ ਵੱਧ ਉੱਡਣਾ, ਮਤਲਬ ਜਨਡਾ ਮੈਂ ਇਹਨਾਂ ਪੁੱਟ 'ਚ ਪਾਣੀ ਹੈ, ਉਹਨਾਂ ਇਹ ਡੀਹਾਈਡਰੇਸ਼ਨ ਨਹੀਂ ਹੁੰਦੀ ਇਹਨਾਂ ਨੂੰ, ਇਹ ਉੱਡਦੇ ਆ 4 ਵਾਰੀਆਂ ਵੀ ਐਂ ਕਰਾ ਕੇ 5ਵੀਂ 6ਵੀਂ 'ਤੇ ਦੇ ਘਰੇ ਜਦੋਂ ਲੈਣ ਲੱਗ ਜਾਂਦਾ 60 ml ਪਾਣੀ ਬਾਜੀ 'ਤੇ ਬਾਈ ਮਾੜਾ ਜਿਹਾ ਵੱਧ ਦੇ ਕੇ ਛੱਡ ਦਿੰਦੇ ਆ। ਘਰੇ ਜੀ ਤੁਸੀਂ ਕਿੰਨਾ ਪਾਣੀ ਲਾਉਣੇ ਹੋ ਵੱਧ ਤੋਂ ਵੱਧ? ਵੱਧ ਤੋਂ ਵੱਧ ਬਈ 1.5 ਨਲਕੀ ਦੇ ਦਿੰਦੇ ਹਾਂ, 2 ਵੀ ਦੇ ਦਿੰਦੇ ਹਾਂ ਘਰੇ, ਕਈ ਵਾਰੀ ਜਿਹੜੇ ਉਹਦੇ ਡਿੱਗੇ ਜਾਂਦੇ ਨੇ ਜਦੋਂ ਆਪਾਂ ਘਰੇ ਵੱਧ ਪਾਣੀ ਦਿੰਦੇ ਉਹੀ ਕਾਰਨ ਉਹਦਾ, ਜੇ ਘਰੇ 2 ਨਲਕੇ ਲੈ ਕੇ ਉੱਡਿਆ ਹੋਇਆ ਹਾਂਜੀ ਹਮੇਸ਼ਾ ਨਹੀਂ ਦਿੰਦੇ 2 ਨਲਕੀਆਂ, ਕਦੇ 1-2 ਵਾਰੀ ਦੇ ਕੇ ਵੀ ਹਾਂ ਫਿਰ ਛੱਡ ਦਿੰਦੇ, ਠੀਕ ਹੈ। ਉਹ ਨੋਰਮਲ 30 ml ਤੱਕ ਹੀ ਰੱਖਦੇ ਹੋ ਘਰੇ? ਨਹੀਂ 1.5 ਨਲਕੀ ਬਈ ਸਾਡੀ ਨਲਕੀ ਵੀ 40 ml ਦੀ ਹੈ, ਠੀਕ ਹੈ ਜੀ, ਹਾਂਜੀ, ਅਤੇ ਹੋਰ ਕੀ ਪੁੱਛੀ? 60 ml ਪਾਣੀ ਇੱਕ ਦਿਨ ਹੀ ਲਾਉਣੇ ਤੁਸੀਂ? ਇੱਕ ਦੋ ਐਂ ਨਹੀਂ ਬਾਈ, ਦੇਖੋ ਪਹਿਲਾਂ ਜੇ ਮੂੰਹ ਗਿੱਲਾ ਕਰਤਾ, ਫਿਰ 5-1 ਦਿੱਤਾ, ਫਿਰ 15 ਦਿੱਤਾ, 30 ਦਿੱਤਾ, 1-2 ਵਾਰੀ 60 ਦਿੱਤਾ, ਬਸ ਇਹੀ ਗੱਲ। ਬਦਾਮ ਬਾਈ ਕਿੰਨੇ ਕੁ ਪਾਉਣੇ ਚਾਹੀਦੇ ਨੇ ਮਤਲਬ ਕਬੂਤਰ ਨੂੰ ਇੱਕ ਦਿਨ ਦੇ ਵਿੱਚ, ਜਾਂ ਵੀ ਕਿੰਨਾ ਟਾਈਮ ਪਹਿਲਾਂ ਤਿਆਰ ਕਰਨਾ ਪੈਂਦਾ ਕਬੂਤਰ ਬਾਈ ਛੱਡ? ਬਦਾਮ ਤਾਂ ਪਤਾ ਕੀ ਗੱਲ ਹੈ ਜੀ ਬਾਈ, ਆਪਾਂ ਹਿਊਮਨ ਆਗੇ, ਆਪਾਂ ਨੂੰ ਵੀ ਜਿਹੜੇ ਸੈਂਸ ਕਹਿੰਦੀ ਆਪਣੇ ਵਾਸਤੇ ਵੀ 10 ਬਦਾਮ ਆਪਾਂ ਨੂੰ ਬਹੁਤ ਹੈ,
ਅਤੇ ਫਿਰ ਜੇ ਆਪਾਂ ਨੂੰ ਕਬੂਤਰ ਨੂੰ ਕਈ ਬੰਦੇ ਕਹਿੰਦੇ ਬਈ ਆਪਣਾ ਤਾਂ 15 ਖਾਂਦਾ ਵੀ ਉਹ ਵੇਸਟੇਜ ਹੈ ਬਾਈ। ਹੁਣ ਮੇਰੇ ਕੁੱਕੜ ਰੱਖਿਆ, ਮੈਂ ਜਿਹੜੇ ਬਜ਼ੁਰਗ ਉਹਨਾਂ ਨੂੰ ਪੁੱਛੀ ਗੱਲ ਵੀ ਇਹਨਾਂ ਨੂੰ ਵੀ ਬਦਾਮ ਕਿੰਨੇ ਕੁ ਪਾਇਆ ਕਰਾਂ, ਉਹ ਕਹਿੰਦੇ ਪੁੱਤ 15 ਹੀ ਪਾ ਦਿਆ ਕਰ। ਮੈਂ ਕਿਹਾ ਵੀ ਫਲਾਣਾ ਤਾਂ 40 ਖਾਂਦਾ, ਉਹ ਕਹਿੰਦੇ ਲੋਕ ਰੋਟੀਆਂ ਵੀ 25-25 ਖਾ ਲੈਂਦੇ ਅਤੇ ਆਪਾਂ ਚਾਰ ਨਾਲ ਵੀ ਆ ਫਿਰਦੇ, ਚਾਰ ਉਹ ਤਾਂ ਵੇਸਟੇਜ ਹੈ ਬਾਈ। ਜਿੰਨੀ ਮਰਜ਼ੀ ਮਤਲਬ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਦਿਨ ਚਾਹੀਦਾ ਜੀ, ਉਹ ਗੱਲ ਕਲੀਅਰ ਦੱਸ ਬਦਾਮ ਜੀ ਬਾਈ। ਹਾਂ ਮਤਲਬ ਤੁਸੀਂ ਇੱਕ ਕਬੂਤਰ ਨੂੰ ਸ਼ੁਰੂ ਕੱਢਣ ਤੋਂ ਪਹਿਲਾਂ ਕਿੰਨੇ ਕੁ ਬਦਾਮ ਨਾਲ ਛੋਟਾ ਚਾਰ ਕਪਾਉਂਦੇ ਆ, ਫਿਰ 6-7 ਕਰ ਦਿੰਦੇ ਆ ਜਦੋਂ ਐਂ ਇਕੱਠੇ ਹੁੰਦੇ ਆ, ਜਦੋਂ ਹੁਣ ਪ੍ਰੋਪਰ ਵਾਰੀਆਂ ਜਾਂਦਾ 10 ਕਰ ਦਿੰਦੇ ਆ। ਮਤਲਬ ਘਰ 10 ਹੀ ਰੱਖ ਦਿਓ, 10 ਹੀ ਰੱਖ ਦਿੰਦੇ, 10 ਤੋਂ ਨਹੀਂ ਵਧਾਉਂਦੇ। ਹਾਂਜੀ, ਜੇ ਉਹ ਇਕੱਠਿਆਂ 'ਚ ਇੱਕ ਦੋ ਵੱਧ ਖਾ ਜੇ ਉਹਦੀ ਮਰਜ਼ੀ, ਇਕੱਠੇ ਹੁਣ 40 ਨੂੰ ਪਾਏ ਹੋਏ ਵੀ ਇੱਕ ਦੇ 10 ਪਿਆਉਣੇ, ਇੱਕ ਦੇ 10। ਠੀਕ ਹੈ ਬਾਈ, ਭਾਜੀ ਵਾਸਤੇ ਕਬੂਤਰ ਕਿੰਨੇ ਟਾਈਮ 'ਚ ਤਿਆਰ ਹੋ ਜਾਂਦਾ? 1 ਮਹੀਨਾ ਬਾਈ, ਜਦੋਂ ਬਾਈ ਘਰੇ ਗੇੜੇ ਕੱਢਦੇ ਆ ਆਪਾਂ ਸਿੱਧੇ ਸਿੱਧੇ ਕਰਦੇ ਹਾਂ, ਉਹ ਅਸੀਂ ਵਾਰੀਆਂ ਨਹੀਂ ਮੰਨਦੇ ਕਬੂਤਰਾਂ ਵਾਲੇ। ਉਸ ਤੋਂ ਬਾਅਦ ਬਾਈ ਜਦੋਂ ਪ੍ਰੋਪਰ ਕੱਢਣ ਲੱਗ ਜਾਂਦੇ ਆ ਬਦਾਮ, ਵੀ 1 ਮਹੀਨਾ ਬਦਾਮ ਹੋਏ ਕਬੂਤਰ ਉੱਡ ਜਾਂਦਾ। ਠੀਕ ਹੈ, ਹਾਂਜੀ। ਉਮਰ ਕਿੰਨੀ ਚਾਹੀਦੀ ਕਬੂਤਰ ਕੱਢ ਤੋਂ ਕੱਢਣ ਵਾਲੇ ਬਾਜੜ ਨੂੰ ਵਾਸਤੇ ਵੀ ਕਿੱਡਾ ਕਬੂਤਰ ਚਾਹੀਦਾ ਬਾਈ? ਇਹ ਨਾ ਸੀਜ਼ਨ ਦੇ ਜਿਵੇਂ ਮੰਨ ਲਓ ਵੀ ਹੁਣ ਆਪਣੇ ਜਿਹੜੇ ਸਾਉਣ ਦੇ ਵਿੱਚ ਨਿਕਲੇ ਹੋਏ ਬੱਚੇ ਆ, ਸਾਉਣ ਤੋਂ ਲੈ ਕੇ ਸਾਉਣ ਭਾਦੋ ਅੱਸੂ ਸਾਰੇ ਉਹ ਜੋੜੀਆਂ ਲੱਗੀਆਂ ਹੁੰਦੀਆਂ ਨੇ, ਉਹ ਸਾਰੇ ਉੱਡ ਜਾਂਦੇ ਆ ਨੈਕਸਟ ਸੀਜ਼ਨ ਜੇਠ ਦੇ ਵਿੱਚ। ਠੀਕ ਹੈ, ਅਜੇ ਹੁਣ ਤੁਸੀਂ ਪੁੱਛੋ ਬਾਈ ਕੋਲੋਂ ਸਵਾਲ, ਮੈਂ ਉੱਧਰ ਜ਼ਿਆਦਾ ਕੈਮਰੇ ਦੇ, ਤੁਸੀਂ ਬੈਠਦਾ ਸੀ ਉੱਥੇ ਬਾਈ ਕੋਲ, ਬਾਈ ਕੋਲ ਬੈਠਾ, ਤੁਸੀਂ ਕੈਮਰਾ ਕਰਨਾ ਕਦੋਂ ਪੂਲੀ ਹੋ ਤੁਸੀਂ? ਵੀਰੇ ਜ਼ਿਆਦਾ ਟਾਈਮ ਮਤਲਬ ਕਿ ਵੀ ਜੋੜੀਆਂ ਕਦੋਂ ਕਬੂਤਰਾਂ ਮਿਲਦੀਆਂ ਹੁੰਦੀਆਂ ਨੇ, ਕਿਹੜੀ ਉਮਰ, ਕਿਹੜੀ ਰੁੱਤ 'ਚ, ਕਿਹੜੇ ਵਿੱਚ, ਮੌਸਮ 'ਚ? ਜ਼ਿਆਦਾ ਨਾ ਬਾਈ ਜਿਹੜੇ ਜੋੜੇ ਆ ਜੀ, ਇਹ ਬਾਈ ਜਦੋਂ ਆਪਾਂ ਸਾਉਣ ਚੜ੍ਹਦਾ ਉਦੋਂ ਲਾ ਆਉਂਦੇ ਆ। ਹੁਣ ਕਬੂਤਰ ਥੋੜ੍ਹੇ 1 ਮਹੀਨਾ ਲੇਟ ਨਾਲ ਲਾਏ, ਕਿਉਂਕਿ ਸਾਉਣ ਦੇ ਵਿੱਚ ਜਦੋਂ ਮੀਂਹ ਆਉਂਦਾ, ਬੱਦਲ ਗੱਜਦਾ, ਉਦੋਂ ਇਹਨਾਂ ਦੇ ਜਿਹੜੀ ਕੋਈ ਆਹ ਜਾਂਦੀਆਂ ਨੇ ਆਪਣੀਆਂ, ਕੀ ਕਹਿੰਦੇ ਇਹਨਾਂ ਨੂੰ ਆਪਾਂ, ਲਸ਼ਕ ਲੁਸ਼ਕ, ਇਹਦੇ ਕਰਕੇ ਆਂਡੇ ਉਂਡੇ ਖਰਾਬ ਹੋ ਜਾਂਦੇ ਆ, ਬੇਬਸ ਕਹਿੰਦੇ ਆ ਜਿਹੜੀਆਂ ਆਪਣੀਆਂ। ਕਿੰਨਾ ਟਾਈਮ ਤੁਸੀਂ ਜੋੜਿਆਂ ਨੂੰ ਮੰਨ ਕੇ ਚਲੋ ਜੀ ਅੱਡ ਪਾੜ ਕੇ ਰੱਖ ਦਿਓ, ਸਾਲ ਦੇ ਵਿੱਚ ਕਿੰਨੇ ਮਹੀਨੇ ਲਾ ਕੇ ਰੱਖ ਦਿਓਗੇ? ਸਾਡੇ ਅਕੋਰਡਿੰਗ ਬਾਈ ਹੁਣ ਲੋਕਾਂ ਦਾ ਹਿਸਾਬ ਕਿਤਾਬ ਕੀ ਹੈ ਵੀ ਜਦੋਂ ਆ ਸਰਦੀਆਂ ਉਹਨੇ ਪਾੜ ਦਿੰਦੇ ਆ, ਅਸੀਂ ਕਹਿੰਦੇ ਵੀ ਜਿਹੜਾ ਆਂਡੇ 'ਚ ਬੱਚਾ ਨਿਕਲ ਗਿਆ ਅਤੇ ਪ੍ਰੋਪਰ ਪਲ ਗਿਆ, ਹਾਂਜੀ, ਉਹ ਸਾਰੀ ਕਾਮਯਾਬ ਆ। ਜਿਹੜਾ ਬੱਚਾ ਆਪਣਾ ਚਾਹੇ ਸੌਣ ਆ, ਚਾਹੇ ਭਾਦੋ ਆ, ਚਾਹੇ ਆਹ ਮਤਲਬ ਹੁਣ ਜਿਹੜਾ ਪੋਹ ਚੱਲੀ ਜਾਂਦਾ, ਜੇ ਮਤਲਬ ਪੋਹ 'ਚ ਵੀ ਬੱਚਾ ਸਹੀ ਪ੍ਰੋਪਰ ਨਿਕਲ ਗਿੱਜ ਕੇ ਪਲ ਗਿਆ, ਉਹਨੂੰ ਬਾਜੀਆਂ ਵਾਲੇ ਆ ਕੇ ਪੱਟ ਕੇ ਸਾਰ ਕਰ ਲਾਂਗੇ, ਉਹਨੇ ਉੱਡਣਾ ਹੀ ਉੱਡਣਾ ਬਾਈ। ਤੁਸੀਂ ਮੰਨ ਕੇ ਚਲੋ ਆਮ ਘਰੇ ਨੋਰਮਲ ਕਿਹੜੀ ਖੁਰਾਕ ਦਿੰਦੇ ਹੋ ਕਬੂਤਰਾਂ ਨੂੰ? ਆਮ ਬਾਈ ਆਪਾਂ ਘਰੇ ਜਦੋਂ ਤਾਂ ਬਾਈ ਹੈਗੀ ਹੈ, ਜਿਵੇਂ ਹੁਣ ਫਰਵਰੀ ਸਟਾਰਟ ਹੋ ਜੂਗਾ ਜੀ, ਸਰੋਂ, ਛੋਲੇ ਜੀ, ਮੱਕੀ ਅਤੇ ਕਣਕ। ਸਰਦੀਆਂ ਦੇ ਵਿੱਚ ਬਾਈ ਜੀ ਬਾਜਰਾ, ਹਾਂਜੀ, ਅਤੇ ਆਪਣੇ ਮੋਠ ਜ਼ਿਆਦਾ ਆ ਜਿਹੜਾ ਹੁਣ ਚੱਲੀ ਜਾਂਦਾ, ਹੁਣ ਆਹ ਡਾਇਟ ਚੱਲੀ ਜਾਂਦੀ ਹੈ। ਇਦੂ ਬਾਅਦ ਜਦੋਂ ਫਿਰ ਬਾਕੀ ਸਾਰਾ ਮਹੀਨਾ ਉਹੀ ਸਰੋਂ, ਛੋਲੇ, ਕਣਕ, ਮੱਕੀ। ਅਤੇ ਵੀਰੇ ਕਿਤੇ ਇੱਦਾਂ ਵੀ ਹੋਇਆ ਗਾ ਵੀ ਆਪਣੇ ਬਾਜ ਦੇ ਕਬੂਤਰ ਛੱਡਤਾ ਵੀ ਆਪਣਾ ਕਬੂਤਰ ਵਾਪਸ ਨਾ ਆਇਆ ਹੋਵੇ, ਹੋ ਜਾਂਦਾ ਕਈ ਵਾਰ? ਨਹੀਂ, ਵਾਪਸ ਉੱਪਰੋਂ ਨਾ ਆਇਆ ਹੋਵੇ ਜਾਂ ਘਰੇ ਨਾ ਆਇਆ ਹੋਵੇ, ਮਤਲਬ ਕਿ ਆਪਣੇ ਕੋਲ ਨਾ ਆਇਆ ਹੋਵੇ, ਉਹ ਤਾਂ ਅਕਸਰ ਹੀ ਆ ਬਾਈ, ਵਗ ਜਾਂਦੇ ਨੇ ਵੀ ਕਬੂਤਰਾਂ। ਪਤਾ ਕੀ ਹੈ ਬਾਈ, ਜਿਹਨਾਂ ਨੂੰ ਬੜਾ ਸ਼ੌਂਕ ਹੁੰਦਾ ਉਹ ਫੜ ਵੀ ਲੈਂਦੇ ਆ, ਅਤੇ ਕੋਈ ਵਾਰੀ ਕੋਈ ਬੰਦਾ ਜਿਹਨੂੰ ਸ਼ੌਂਕ ਆ ਬਾਈ ਉਹਦੇ ਉਹਨੂੰ ਅੰਦਰੋਂ ਐਂ ਲੱਤ ਲੱਗੀ ਹੁੰਦੀ ਹੈ ਵੀ ਯਾਰ ਵੀ ਆਹ ਆਪਣਾ ਬਾਈ ਦਾ ਸੁੱਖੀ ਦਾ ਕਬੂਤਰ ਮੈਂ ਫੜ ਲਾਂ, ਬਈ ਮੇਰੇ ਕੋਲ ਆਹ ਹੋਵੇ, ਉਹ ਬਾਈ ਲੈ ਜਾਂਦੇ ਕਬੂਤਰਾਂ ਚੱਕ ਲਈ, ਜਿਵੇਂ ਛੋਟਾ ਨਵਾਂ ਬਾਈ ਹੁਣ ਨਾ ਕਬੂਤਰਾਂ 'ਚ ਪਹਿਲਾਂ ਕਹਿੰਦਾ ਵੀ ਮਾਨਸਾ ਚੀਨੀ ਦਾ ਕਬੂਤਰ ਆ ਬਾਈ, ਇਹ 'ਚ ਚੋਰੀ ਵੀ ਬਹੁਤ ਚੱਲਦੀ ਆ ਸਰ, ਬਹੁਤ ਵਾਰੀ ਸੁਣਿਆ ਵੀ ਲੋਕ ਖੁੱਡੇ ਖਾਡੇ ਪੱਟ ਕੇ ਲੈ ਗਏ। ਹਾਂ, ਆਪਣੇ ਆਪ ਦੇ ਬਾਈ ਕੱਢੇ ਗਏ ਸੀ ਮੋੜਾਂ ਤੋਂ, ਕਬੂਤਰ ਫੜੇ ਗਏ ਸੀ ਬੰਦੇ। ਅੱਛਾ, ਅਤੇ ਮੋੜ ਮੰਡੀ ਤੋਂ? ਨਹੀਂ, ਆਪਣੇ ਜਿੱਥੇ ਬਾਈ ਬੱਲੂ ਦੇ ਘਰੋਂ, ਹਾਂ, ਸਾਡੇ ਵੱਡੇ ਜੋੜੇ ਉੱਥੇ ਆ ਜੀ ਜ਼ਿਆਦੇ, ਅਤੇ ਉੱਥੋਂ ਲੈ ਗਏ ਸੀ ਕੱਢ ਕੇ ਬਾਈ, ਬਹੁਤ ਮੁਸ਼ਕਲ ਨਾਲ ਭਾਲੇ, 1 ਮਹੀਨਾ ਪੂਰਾ ਜ਼ੋਰ ਲਾਇਆ ਫਿਰ ਮਿਲੇ। ਹਾਂ ਬਾਈ, ਆਪਦੇ ਜਾਨਵਰ ਪਾਲੇ ਹੁੰਦੇ ਨੇ ਉੱਥੇ। ਤੁਹਾਡੇ ਕੋਲੇ ਉੱਡਣ ਵਾਲੇ ਕਬੂਤਰ ਕਿੰਨੇ ਨੇ ਜਿਹੜੇ ਆਪਾਂ ਲਾਈਏ ਵੀ ਸ਼ਰਤ ਵਾਲੇ ਹੁੰਦੇ ਆ? ਮੇਰੇ ਕੋਲ ਬਾਈ ਐਸ ਵਾਰ ਵਾਲੇ ਬੱਚੇ ਜਿਹੜੇ ਬਾਈ ਛੱਡਣ ਲਈ 200 ਹੈ ਜੀ। 200? ਹਾਂਜੀ। ਠੀਕ, ਕਿਹੜੀ ਕਿਹੜੀ ਬਰੀਡ ਤੋਂ ਨੇ ਜੀ ਉਹ? ਬਰੀਡ ਬਾਈ ਜ਼ਿਆਦਾ ਆਪਣੇ ਕੋਲ ਤਾਂ ਬਾਈ ਬੱਲੂ ਵਾਲੇ ਸਾਰੇ, ਬਾਈ ਕੋਲ ਜਿਵੇਂ ਪਹਿਲਾਂ ਬਾਈ ਨੇ ਮਿਹਨਤ ਬਹੁਤ ਕਰੀ ਹੈ, ਬਾਈ ਕੋਲ ਮੋਹਨ ਸਿੰਘ ਬਾਦਲ ਵਾਲੇ ਵੀ ਹੈ, ਬਾਈ ਦੇ ਜਿਹੜੇ ਗੁਰੂ ਸੀ ਸਰਦਾਰ ਛਿੰਦਰਪਾਲ ਸਰਪੰਚ, ਉਹਨਾਂ ਵਾਲੇ ਵੀ ਹੈ ਜੀ, ਬਾਈ ਮਿੱਕੀ ਵਾਲੇ ਵੀ ਹੈਗੇ ਆ। ਹੁਣ ਤਾਂ ਬਾਈ ਕੋਈ ਮੈਨੂੰ ਲੱਗਦਾ ਨਹੀਂ ਬਰੀਡ ਨਹੀਂ ਹੋਊਗੀ, ਜਿਹੜੀਆਂ ਸਰ ਕੱਢ ਰਹੇ ਬਰੀਡਾਂ ਸਾਰੀਆਂ ਹੈਗੀਆਂ ਨੇ ਜੀ, ਪਰ ਜ਼ਿਆਦਾ ਜੇ ਪਰਸੈਂਟ ਜਾਂ ਸਾਡੇ ਕੋਲ ਰਾਜ ਨਾਲ ਲੈਂਦੀ ਹੈ। ਹਾਂਜੀ, ਠੀਕ ਹੈ। ਅਤੇ ਚਲੋ ਬਾਈ, ਹੁਣ ਤਾਂ ਆਪਾਂ ਤੁਹਾਡੇ ਉੱਥੇ ਫਾਰਮ 'ਤੇ ਚੱਲਦੇ ਹਾਂਗੇ। ਹਾਂਜੀ, ਅਤੇ ਫਾਰਮ ਵਿਜ਼ਿਟ ਕਰਦੇ ਹਾਂ ਦੋਸਤੋ, ਅਤੇ ਨਾਲ ਹੀ ਬਾਈ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਬੇਨਤੀ ਕਰਦਾ ਹਾਂ ਵੀ ਸਾਡੇ ਆਹ ਬੰਦੇ ਨੂੰ ਚੇਲਾ ਜ਼ਰੂਰ ਬਣਾ ਲਿਓ। ਨਹੀਂ ਨਹੀਂ, ਕੋਈ ਗੱਲ ਨਹੀਂ ਬਾਈ, ਇਹ ਤੁਸੀਂ ਐਂ ਮੰਨ ਲਓ ਵੀ ਮੇਰੀ ਤੁਹਾਨੂੰ ਹੱਥ ਵੱਧ ਕੇ ਬੇਨਤੀ। ਨਹੀਂ ਨਹੀਂ ਬਾਈ, ਇਹਨੂੰ ਕੋਈ ਨਾ ਕੋਈ ਦੱਸ ਸਕਦਾ ਜੇ ਹੋ ਸਕਦਾ ਪੋਸੀਬਲ ਹੋਇਆ, ਜ਼ਰੂਰ ਜੀ, ਜੇ ਕਬੂਤਰ ਦੇ ਦਿਓ ਇਹਦਾ ਮੋਟਰਸਾਈਕਲ ਚੱਕ ਕੇ ਵੀ ਤੁਹਾਡੇ ਕੋਲ ਆ ਜਾਊ। ਨਹੀਂ ਨਹੀਂ, ਗੱਲ ਦੇਖੋ ਕਰੂਗਾ, ਅੱਜ ਵੀ ਜਦੋਂ ਅਸੀਂ ਤਾਂ ਕਰਕੇ ਘੰਟਾ ਲੇਟ ਹੋ ਗਏ, ਦੇਖਿਓ ਇਹ ਪਹਿਲਾਂ ਆਪਦੇ ਮੱਝਾਂ ਨੂੰ ਪੱਖ ਪੁੱਖ ਪਾਈ ਜਾਂਦੇ, ਕਹਿੰਦਾ ਮੈਂ ਜਾਣਾ ਜ਼ਰੂਰ ਜਾਣਾ। ਜਿਹੜਾ ਇਹ ਬਾਈ ਦਾ ਪਿੰਡ ਨਾ ਜੀ ਲੋਹਾ ਖੇੜਾ, ਬਾਈ ਨੇ ਮੈਨੂੰ ਅੱਜ ਹੀ ਮੋਰਨਿੰਗ ਦੱਸਿਆ
ਇਦੋਂ ਪਹਿਲਾਂ ਜੇ ਬਾਈ ਉੱਥੇ 20 ਵਜੀਆਂ ਹੋਈਆਂ ਤਾਂ ਐ ਨਹੀਂ ਵੀ ਮੈਂ ਪੱਕਾ ਸ਼ੋਰ ਨਹੀਂ ਕਹਿੰਦਾ ਤੇ ਲਗਭਗ 15 ਵਜੀਆਂ ਬਾਈ ਦਿੱਤੀਆਂ ਹੋਣੀਆਂ ਜੀ ਲੋ ਦੀਆਂ ਪੱਕਾ ਦਿੱਤੀਆਂ ਪੂਰਾ ਫੁੱਲਣਾ ਬਾਈ 15 ਵਜੀਆਂ ਜੀ ਬਾਈ ਜੇ 20 ਛੱਡੀਆਂ ਨੇ ਉਹ ਪਿੰਡ 'ਚ ਮੈਂ ਤਾਂ ਬਹੁਤ ਵੱਡਾ ਫੈਨ ਆ ਜੀ ਬਾਈ ਦਾ ਠੀਕ ਹੈ ਤੇ ਬਾਈ ਗੱਲਾਂ ਐ ਚੱਲਣਾ ਹੁਣ ਇਹਦੇ ਕੋਲ ਜਾਨਵਰ ਹੈਗੇ ਨੇ ਚੱਲ ਦਾਣੇ ਪਾਉਂਦਾ ਕਿਸੇ ਚੱਜ ਦੇ ਜਾਨਵਰ ਨੂੰ ਪਾ ਦੇ ਉਹ ਗੱਲ ਵਧੀਆ ਹੁੰਦੀ ਹੈ ਨਹੀਂ ਨਹੀਂ ਜ਼ਰੂਰ ਜੀ ਕੋਈ ਨਹੀਂ ਬਾਈ ਦਾ ਵਧੀਆ ਨੂੰ ਦੀ ਸਾਫ ਸਵਾਲ ਹੋ ਜੇ ਇਹਨੂੰ ਵੀ ਕੋਈ ਗੁਰੂ ਨਹੀਂ ਮਿਲਿਆ ਜਿਵੇਂ ਆਪਾਂ ਕਹਿੰਦੇ ਆ ਕੋਈ ਨਹੀਂ ਬਾਈ ਨੂੰ ਵਧੀਆ ਗੱਲ ਵੀ ਸਾਡੇ ਵਾਧੇ ਪਰ ਆਈ ਆ ਤੁਹਾਡੇ ਨਾਲ ਕੰਟੈਕਟ ਹੋ ਗਿਆ ਮੈਨੂੰ ਵੀ ਐ ਹੁੰਦਾ ਵੀ ਜਦੋਂ ਕਿਸੇ ਬੰਦੇ ਪਿਆਰ ਹੋਵੇ ਹੁਣ ਮੈਂ ਸਾਡੇ ਆਹ ਬੰਦੇ ਨੂੰ ਬਾਈ ਉਹ ਘੋੜੀਆਂ ਦੇ ਮੇਲੇ ਲੈ ਕੇ ਗਿਆ ਸੀ ਹਾਂਜੀ ਇਹਨੇ ਕੀ ਕਰੀਆ ਕਹਿੰਦੇ ਜੇ ਕਿਤੇ ਟਰੈਕਟਰ ਨਾਲ ਆ ਹੁੰਦਾ ਉਦੋਂ ਕਹਿੰਦੇ 5 ਲੱਖ ਦੀਆਂ ਘੋੜੀਆਂ ਲੈ ਕੇ ਜਾਂਦੀਆਂ ਤੂੰ ਠੀਕ ਹੈ ਤੇ ਕਿਉਂ ਹੁਣੀ ਇਹਨਾਂ ਨੇ ਨਵਾਂ ਨਵਾਂ ਟਰੈਕਟਰ ਲਿੱਤਾ ਵਾ ਮੇਰੇ ਮਾਪੇ ਮੁੰਡੇ ਸਿੱਖਿਆ ਨੇ ਤੇ ਹੁਣ ਮਤਲਬ ਤਿਆਰੀ ਆ ਕਹਿੰਦੇ ਖੇਤ ਤੂੜੀ ਵਾਲਾ ਕੋਠਾ ਵਿਹਲਾ ਵਿਹਲਾ ਹੋਣ ਦੇ ਵੀ ਉਹਦੇ ਪੂਰੇ ਬਣਾ ਕੇ ਉਹ ਜੰਗਲਾ ਜਿਹਾ ਉਹ ਕਰ ਦੇਣਗੇ ਤੇ ਚਲੋ ਠੀਕ ਉਸ ਹੋਰ ਤਾਂ ਨੀ ਪੁੱਛਣਾ ਤੁਸੀਂ ਉਹ ਸਮਝੇ ਗੱਲਬਾਤ ਕਰਦੀ ਕਰ ਲਾ ਚੱਲਦੇ ਆ ਉੱਥੇ ਤਾਮਕੋਟ ਉੱਥੇ ਬਾਈ ਠੀਕ ਆ ਬਾਈ ਤਾਮਕੋਟ ਕਰਦੇ ਹਾਂ ਜੀ ਓਕੇ ਲੈ ਵੀ ਮਿੱਤਰੋ ਹੁਣ ਆ ਗਏ ਆਪਾਂ ਬਾਈ ਦੇ ਫਾਰਮ 'ਤੇ ਜਿਹੜਾ ਬਾਈ ਨੇ ਤਾਮਕੋਟ ਪਿੰਡ 'ਚ ਬਣਾਇਆ ਹੋਇਆ ਪਹਿਲਾਂ ਤੁਸੀਂ ਆਹ ਲੁੱਕ ਦੇਖੋ ਵੀ ਗੇਟ ਦੀ ਜਦੋਂ ਇਹਦੀ ਗੇਟ ਦੀ ਸਾਈਨਿੰਗ ਸ਼ੂਨਿੰਗ ਹੋ ਗਈ ਨਾ ਹਜੇ ਇਹ ਕੰਮ ਜਿਵੇਂ ਆਪਾਂ ਕਹਿ ਦਈਏ ਵੀ ਪ੍ਰੋਸੈਸਿੰਗ ਦੇ ਵਿੱਚ ਆਜੋ ਸੁੰਦਰ ਹੋਣੇ ਆ ਅੱਗੇ ਅਤੇ ਇੱਧਰਲੇ ਪਾਸੇ ਬਾਈ ਨੇ ਆਹ ਸਪੈਸ਼ਲ ਜਿਵੇਂ ਆਪਾਂ ਕਹਿ ਦਈਏ ਕਮਰਾ ਬਣਾਇਆ ਜਿਹੜੇ ਬਾਈ ਕੋਲ ਵੀਰ ਮਿੱਤਰ ਯਾਰ ਦੋਸਤ ਜੁਗਨੂ ਵਰਗੇ ਜਾਂ ਸਾਡੇ ਵਰਗੇ ਆਇਆ ਕਰਨਗੇ ਉਹਨਾਂ ਦੇ ਬੈਠਣ ਲਈ ਆਹ ਕਮਰਾ ਇਹ ਹਜੇ ਤਿਆਰ ਹੋ ਰਿਹਾ ਹੈ ਅਤੇ ਇਹਦਾ ਤੁਸੀਂ ਗੇਟ ਵੀ ਦੇਖੋ ਵੀ ਜਮਾਂ ਲੱਕੜ ਦਾ ਪੁਰਾਣੇ ਸਟਾਈਲ ਵਾਲਾ ਅਤੇ ਉਦੋਂ ਬਾਅਦ ਤੁਹਾਨੂੰ ਆਹ ਜਗ੍ਹਾ ਦਿਖਾਉਣੀ ਆ ਇੱਧਰਲੇ ਪਾਸੇ ਆਹ ਜਿਹੜੀ ਜਗ੍ਹਾ ਵਿਹਲੀ ਪਈ ਹੈ ਇੱਥੇ ਬਾਈ ਕਹਿੰਦਾ ਵੀ ਟਾਈਲਾਂ ਟੂਲਾਂ ਲਾ ਕੇ ਕਰਨਾ ਬਾਈ ਹੈ ਨਾ ਹਜੇ ਮੌਸਮ ਕਰਕੇ ਬਾਈ ਠੰਡ ਆ ਠੀਕ ਹੈ ਠੰਡ ਕਰਕੇ ਕੰਮ ਖੜਾ ਠੰਡ ਕਰਕੇ ਕੰਮ ਰੁਕਿਆ ਪਿਆ ਹੈਗਾ ਅਤੇ ਆ ਜਾਓ ਹੁਣ ਅੰਦਰ ਚੱਲਦੇ ਆ ਬਾਈ ਕੋਲ ਦੇਖਦੇ ਹਾਂ ਅਤੇ ਇੱਧਰਲੇ ਪਾਸਿਓਂ ਬਾਈ ਨੇ ਖੁੱਡੇ ਸਟਾਰਟ ਕਰਤੇ ਇਹ ਬਾਈ ਕੁੱਤਿਆਂ ਲਈ ਬਣਾਏ ਨੇ ਹਾਂ ਕੁੱਤਿਆਂ ਦੇ ਕਹਿਣ ਵਾਲਾ ਬਾਈ ਠੀਕ ਹੈ ਫਰਸ਼ ਫੁਰਸ਼ ਦਾ ਸਾਰਾ ਕੰਮ ਕਰਨ ਵਾਲਾ ਕੰਮ ਹਜੇ ਪ੍ਰੋਸੈਸਿੰਗ 'ਚ ਕਿਉਂ ਥੋੜ੍ਹੀ ਜਿਹੀ ਠੰਡ ਕਰਕੇ ਬੰਦਿਆਂ ਦਾ ਕੰਮ ਕਰਨ ਨੂੰ ਜੀ ਵੀ ਨਹੀਂ ਕਰਦਾ ਠੰਡ ਵਾਲੇ ਨਾ ਕੰਮ ਚੱਲਦਾ ਆਪਦਾ ਵੀ ਨਹੀਂ ਕਰਦਾ ਆਪਦਾ ਵੀ ਨਹੀਂ ਕਰਦਾ ਸਹੀ ਗੱਲ ਹੈ ਅਤੇ ਆ ਜਾਓ ਵੀ ਮੈਂ ਸਾਡੇ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਵੀ ਆ ਜਾਓ ਅੱਗੇ ਚੱਲਦੇ ਉਦੋਂ ਬਾਅਦ ਆਹ ਆ ਗਿਆ ਦੂਜਾ ਗੇਟ ਜਿਵੇਂ ਆਪਾਂ ਕਹਿੰਦੇ ਵੀ ਪੂਰੀ ਫੁੱਲ ਹਾਈ ਸਿਕਿਉਰਿਟੀ ਆ ਕੈਮਰੇ ਕੂਮਰੇ ਉੱਪਰ ਲੱਗੇ ਹੋਏ ਨੇ ਸਿਰਾ ਕੰਮ ਕਰਿਆ ਹੋਇਆ ਆ ਜਾਓ ਮਿੱਤਰੋ ਬਾਹਰਲਾ ਗੇਟ ਲਾ ਦੀ ਅਤੇ ਇੱਧਰਲੇ ਪਾਸੇ ਬਾਈ ਦਾ ਆਹ ਆ ਗਿਆ ਬਾਈ ਇਹ ਮੁਰਗੇ ਵਾਸਤੇ ਹੈ ਨਾ ਹਾਂਜੀ ਅਤੇ ਸਾਲ ਦੇਖੋ ਬਾਈ ਜਾਨਵਰ ਨੇ ਕਿੱਡੀ ਵੱਡੀ ਮਾਰੀ ਸੀਗੀ ਅਤੇ ਥੱਲੋਂ ਸਾਲ ਮਾਰ ਕੇ ਮੁਰਗੀ ਉੱਪਰ ਚੜੀ ਹੈ ਬਾਈ ਇਹ ਕਿਹੜੀ ਨਸਲ ਆ ਗਈ ਜਿਹੜੀ ਉੱਪਰ ਖੜੀ ਹੈ ਅਤੇ ਬੈਂਟਮ ਆ ਬਾਈ ਬੈਂਟਮ ਇਹਦੀ ਜੋੜੀ ਆਪਣੇ ਕੋਲੇ ਹਾਂ ਉਹ ਮੁਰਗਾ ਜੀ ਬਾਈ ਉਹ ਫਿਰਦਾ ਅੱਛਾ ਹੋ ਪਰਲੇ ਪਾਸੇ ਕਾਲਾ ਫਿਰਦੇ ਸੋਹਣੇ ਲੱਗਦੇ ਹਾਂ ਵੀ ਇਹ ਆਹ ਦੂਜਾ ਫੈਂਸੀ ਆ ਗਿਆ ਚਿੱਟਾ ਜਿਹਾ ਹੈ ਨਾ ਅਤੇ ਇੱਕ ਆਹ ਕਿਹੜੀ ਨਸਲ ਆ ਬਾਈ ਇਹ ਆਹ ਫੜਿਓ ਮਾੜਾ ਤੁਸੀਂ ਹੱਥ 'ਚ ਮਣੀ ਆਹ ਰਖਾ ਇਹ ਬਾਈ ਜਿਵੇਂ ਦੇਖੋ ਹੈ ਨਾ ਮੈਨੂੰ ਇਹਨਾਂ ਦੇ ਪੂਰੇ ਫੁੱਲ ਮਸਲ ਮੈਨੂੰ ਇਹਦੇ ਕਿਤੇ ਚਰਬੀ ਦਾ ਦਿਸਦੀ ਨਹੀਂ ਹੈਗੀ ਹੈ ਨਾ ਸੀਲ ਆ ਬਾਈ ਸਾਹਮਣੇ ਹੋਇਆ ਕੁੱਕੜਾ ਠੀਕ ਹੈ ਹਾਂਜੀ ਇਹ ਸਪੈਸ਼ਲ ਬਾਈ ਕਾਹਦੇ ਕੰਮ ਲਈ ਸ਼ੌਂਕ ਲਈ ਰੱਖਿਆ ਹੋਇਆ ਜਾਂ ਕਿਵੇਂ ਇਹ ਬਾਈ ਬਾਜ਼ੀਆਂ ਬੂਜ਼ੀਆਂ ਲੜਾ ਵੀ ਲਏ ਦੇ ਸ਼ੌਂਕ ਹੈਗਾ ਠੀਕ ਰਾਜ ਵਰਗਿਆ ਕਰਕੇ ਬਾਈ ਮਿੱਕੀ ਰਿੰਗ ਕਰਕੇ ਠੀਕ ਹੈ ਹਾਂਜੀ ਅਤੇ ਕਣਗੀ ਕੁਣਗੀ ਜਮਾਂ ਐਂ ਟੋਪ ਦੀ ਆ ਹੈ ਨਾ ਹਾਂ ਤਾਜ ਕੁੱਕੜਾ ਬਾਈ ਤਾਜ ਠੀਕ ਹੈ ਅਤੇ ਇੱਧਰਲੇ ਪਾਸੇ ਆ ਗਏ ਬਾਈ ਦੇ ਕਬੂਤਰਾਂ ਵਾਲੇ ਖੁੱਡੇ ਹਾਂਜੀ ਆ ਜਾਓ ਬਾਈ ਆਪਾਂ ਇੱਧਰ ਪਾਸੇ ਚਾਨਣਾ ਪਾਉਣੇ ਆਗੇ ਅਤੇ ਨਾਲ ਹੀ ਆਪਾਂ ਮੇਰੇ ਵਾਲਾ ਮਾਇਕ ਦਿੰਦੇ ਹਾਂ ਗੁਗਲੀ ਨੂੰ ਕਿਉਂ ਇਹਨੂੰ ਜ਼ਿਆਦਾ ਜਾਣਕਾਰੀ ਹੈ ਲੈ ਵੀ ਗੁਗਲੀ ਤੂੰ ਕਰ ਕੰਮ ਮੈਂ ਤੂੰ ਵੀ ਆ ਜਾਂਦਾ ਅਤੇ ਕੈਮਰਾ ਫੜ ਲਿਆ ਬਣੀ ਤੋਂ ਮੈਂ ਅਤੇ ਆਪਾਂ ਬਾਈ ਦੇ ਵਰਗੇ ਖੁੱਡੇ ਛੱਡ ਆਈ ਯਾਰ ਆ ਜਾ ਵੀਰੇ ਅਤੇ ਇਹਨਾਂ ਬਾਰੇ ਦਿਓ ਬਾਈ ਸਾਨੂੰ ਜਾਣਕਾਰੀ ਵੀ ਇਹ ਕਿਹੜੀ ਨਸਲ ਆ ਗਈ ਬਾਜ਼ੀਆਂ ਵਾਲੇ ਸਾਰੇ ਜਾਂ ਕਿਵੇਂ ਸਹਿਗੇ ਤਾਂ ਬਾਈ ਸਾਰੇ ਬਾਜ਼ੀਆਂ ਵਾਲੇ ਆ ਇਹ ਇਸ ਵਾਰ ਛੱਡਣ ਵਾਲੇ ਆ ਠੀਕ ਹੈ ਹਾਂਜੀ ਠੀਕ ਹੈ ਬਾਈ ਇਹ ਬਾਈ ਸਾਡੇ 200 ਬੱਚੇ ਜੀ
ਭੁੱਲ ਜਾਂਦੇ ਵੀ ਕਿਹੜਾ ਕਿਹੜਾ ਜੁੜਦਾ ਹੈ। ਜਦੋਂ ਇਹ ਬਾਈ ਛੋਟੇ ਹੁੰਦੇ ਆ ਉਦੋਂ ਰੰਗ ਹੋਰ ਹੁੰਦਾ, ਝਾੜ ਗਏ ਚਿੱਟੇ ਵੀ ਹੋ ਜਾਂਦੇ ਆ, ਜਿਹੜੇ ਇਹਨਾਂ ਨੂੰ ਰੰਗ ਲਾਉਣੇ ਖੰਭ ਝਾੜ ਜਾਂਦੇ ਆ ਉਹ ਲੈ ਜਾਂਦਾ, ਫਿਰ ਠੱਲ ਤੋਂ ਪਤਾ ਲੱਗ ਜਾਂਦਾ ਬਾਈ। ਕਈ ਵਾਰੀ ਉਹਨਾਂ ਪਰ ਕਿਸੇ ਕੋਲ ਫੜਿਆ ਹੋਵੇ ਤਾਂ ਵੀ ਪਤਾ ਲੱਗ ਜਾਂਦਾ, ਪਰ ਉਹ ਤਾਂ ਅਗਲਾ ਵੱਢ ਵੱਢ ਹੁੰਦਾ ਆਪਦੇ ਘਰ ਹੀ ਨਿਸ਼ਾਨੀਆਂ ਲੱਗਦਾ ਬਾਈ ਵੀ ਆਪਦੇ ਘਰ। ਹੁਣ ਆਪਾਂ ਨੂੰ ਪਤਾ ਵੀ ਆਹ ਜੋੜੇ ਦੇ ਬੱਚੇ ਦੇ ਇੰਨੇ ਨੰਬਰ ਰਿੰਗ ਪਾਈ ਹੋਈ ਹੈ, ਬਿਲਕੁਲ ਬਾਈ ਇਹਦਾ ਆ ਜੀ ਬਾਈ। ਠੀਕ ਹੈ, ਤੇ ਆਪਣੇ ਆਹ ਖੁੱਡੇ ਦੇ ਵਿੱਚ ਕਿੰਨੇ ਕਬੂਤਰ ਹੋਣਗੇ ਬਾਈ ਤੁਹਾਡੇ ਹਿਸਾਬ ਨਾਲ? ਬਾਈ ਇਹਦੇ ਆਪਣੇ ਨਾ ਬੱਚੇ ਜ਼ਿਆਦਾ ਐਤਕੀ ਇਹਦੇ ਵਿੱਚ ਹੋਣਗੇ ਬਾਈ ਲਗਭਗ 35-35 ਖੁੱਡੇ ਦਾ ਸਾਈਜ਼ ਬਹੁਤ ਵੱਡਾ ਬਾਈ, 10x10 ਦੇ। ਬਿਲਕੁਲ ਬਾਈ ਇਹ ਬਾਈ ਪੂਰੇ ਸ਼ੌਂਕ ਪਗਾਉਣ ਵਾਲੀ ਗੱਲ ਆ, ਹੈ ਨਾ ਵੀ ਇਹਨੂੰ ਸ਼ੌਂਕ ਕਹਿੰਦੇ ਆ। ਜੋ ਆਪਾਂ ਬਾਹਰਲੇ ਪਾਸੋਂ ਵੀ ਦਿਖਾ ਦਿੰਦੇ ਹਾਂ ਅਤੇ ਵੀਰ ਵੀ ਸਾਰੇ ਆਪਣੇ ਨਾਲ ਇੱਥੇ ਇਕੱਠੇ ਹੋਏ ਵੀ ਆਪਣੇ ਪੂਰਾ ਸਿਰਾ ਹੀ ਕੰਮ। ਇੱਕ ਖੁੱਡ ਆਹ ਹੋ ਗਿਆ, ਦੂਜਾ ਹੋ ਗਿਆ, ਤੀਜਾ, ਚਾਰ ਤਾਂ ਬਾਈ ਦੇ ਖੁੱਡੇ ਹੋ ਗਏ, ਹੈ ਨਾ ਪੰਜ, ਇੱਕੋ ਪੰਜਵਾਂ ਹੋ ਗਿਆ ਜੀ ਬਾਈ। ਹਾਂ ਇੱਕ ਹੋ ਗਿਆ ਬਾਈ, ਅੰਦਰ ਵੀ ਬਣਾਏ ਹੋਏ ਆ ਬਾਈ ਜਿਹੜੇ। ਇੱਕ ਬਾਈ ਹੋਰ ਦੱਸੋ ਗੱਲ, ਹਾਂਜੀ ਵੀ ਜਿਹੜੀ ਆਪਾਂ ਆਹ ਕੰਧਾਂ ਲਿਪੀਆਂ ਹੋਈਆਂ ਨੇ, ਹੈ ਨਾ? ਹਾਂਜੀ ਬਾਈ। ਅਤੇ ਵੀ ਇਹਨਾਂ ਦਾ ਇਹ ਕੰਧਾਂ ਜਿਹੜੀ ਤੁਸੀਂ ਲਿਪੀਆਂ ਨੇ ਬਾਈ, ਹਾਂਜੀ, ਇਹਨਾਂ ਦਾ ਕੀ ਕਾਰਨ ਹੈ ਵੀ ਇਹ ਕੰਧਾਂ ਕੱਚੀਆਂ ਇੱਟਾਂ 'ਚ ਕੱਢੀਆਂ ਨੇ ਜਾਂ ਕਿਵੇਂ ਬਾਈ? ਨਹੀਂ ਬਾਈ ਆਮ ਕੰਧ ਕੱਢ ਕੇ ਜੀ। ਠੀਕ ਹੈ, ਥੱਲੋਂ ਤਾਂ ਬਾਈ ਇਹ ਵੀ ਪਲਾਸਤਰੀ ਨੇ, ਠੀਕ ਹੈ, ਬਾਈ ਮਿੱਟੀ ਚੜਾਤੀ ਜੀ ਮਿਸਤਰੀ ਨੇ, ਲਿਪਤੀ ਲਿਪਤੇ ਜੀ ਬਾਈ ਇਹ ਇਹ ਇਨਵਾਇਰਮੈਂਟ ਬਸ ਆਇਆ ਬਾਈ ਇਹਨੂੰ ਆਮ ਕੱਚਾ ਜਿਵੇਂ ਕੱਚੇ ਖੁੱਡੇ ਵਾਲਾ ਮਾਹੌਲ ਉਹਦੇ ਵਾਸਤੇ ਕਰੇ ਜੀ ਬਾਈ। ਇਹ ਛੱਤ ਜਿਹੜੀ ਉੱਪਰ ਇਹ ਵੀ ਬਾਈ ਠੰਡੀ ਰਹੇ ਤਾਂ ਐਂ ਬਣਾਈ ਹੋਈ ਹੈ। ਬਿਲਕੁਲ ਬਾਈ, ਵੀ ਜਿਵੇਂ ਸਿਆਲਾਂ ਦੇ ਵਿੱਚ ਤਾਂ ਇਹ ਰਹਿੰਦੇ ਨਿੱਘੀ, ਹੈ ਨਾ, ਅਤੇ ਗਰਮੀਆਂ ਦੇ ਵਿੱਚ ਇਹਦੇ ਵੀ ਛੇਕ ਨਹੀਂ ਪਾਸ ਹੁੰਦਾ। ਹਾਂਜੀ ਬਾਈ, ਬਿਲਕੁਲ ਬਾਈ। ਹੋਰ ਬਾਈ ਫਿਰ ਅੱਗੇ ਕੀ ਪਲੈਨਿੰਗ ਹੈ ਅੱਗੇ ਬਾਈ? ਆ ਬਾਈ ਆਪਣਾ ਭਰਾ ਗੱਲ ਕਰਦਾ, ਬਾਈ ਨੂੰ ਫੜ ਕੇ ਦਿਖਾਈ ਰਾਜ ਨਾਲ ਕਬੂਤਰ। ਠੀਕ ਹੈ, ਦਿਖਾ ਦਿਆ। ਇਹ ਆਪਣੇ ਬਾਈ ਜਿਹੜੇ ਰਾਜ ਨਾਲੇ ਕਬੂਤਰ ਉਹ ਹੈ ਜੀ, ਰਾਜੇ ਵਾਲੇ ਬਾਈ, ਰਾਜ ਨਾਲੇ ਰਾਜ, ਰਾਜ ਨਾਲੇ ਰਾਜ। ਹਾਂਜੀ ਬਾਈ, ਠੀਕ ਹੈ। ਵੀ ਜਿਹੜੀ ਤੁਸੀਂ ਕਹਿੰਦੇ ਵੀ ਤੁਹਾਡੇ ਕੋਲ ਜ਼ਿਆਦਾ ਬਰੀਡ ਇਹੀ ਹੈ? ਜ਼ਿਆਦਾ ਬਰੀਡ ਇਹ ਹੈ ਜੀ, ਇਹ ਬਾਈ ਖੱਟੀਆਂ ਦੇ ਚਿੱਟੇ ਵੀ ਹੈਗੇ ਆ ਅਤੇ ਛਾ ਖੇਵੇ ਟੀਰੇ ਵੀ ਹੈ। ਠੀਕ ਹੈ ਬਾਈ, ਇਹ ਭਰਾ ਗੱਲ ਕਰਦੇ ਕਹਿੰਦੇ ਪੱਲਿਆਂ ਨਾਲ ਵੀ ਇਹਨਾਂ ਦੀ ਸ਼ਕਲ ਮਿਲਦੀ ਹੈ, ਇਹਦੇ ਤਾਂ ਨਹੀਂ ਜਿਹੜੇ ਖੱਟੀਆਂ ਵਾਲੇ ਆ ਦੂਜੇ। ਠੀਕ ਹੈ ਬਾਈ, ਟੰਡੋ ਫੜੀ ਜਿਹੜਾ ਨਾਲ ਆ ਬੈਠਾ ਪਹਿਲਾਂ, ਇਹ ਬਾਈ ਇਹਨਾਂ ਦੀ ਸ਼ਕਲ ਉਹਨਾਂ ਨੂੰ ਤਾਂ ਮਿਲਦੀ ਆ ਜਿਹੜੇ ਬਾਈ ਪੱਲੇ ਵਾਲੇ ਕਬੂਤਰ ਸੀ ਉਹ ਵੀ ਧੰਨੇ ਵਾਲੇ ਕਬੂਤਰ ਸੀ ਅਤੇ ਇਹ ਵੀ ਧੰਨੇ ਵਾਲੇ ਆ। ਰਾਜਨ ਨੇ ਬਾਈ ਜਿਹੜਾ ਕਬੂਤਰ ਸੀ ਇਹ ਮਿਲਦਾ, ਦੇਖੋ ਜਿਹੜੇ ਬਾਈ ਰਾਜਨ ਕੋਲ ਕਬੂਤਰ ਸੀ ਨਾ ਜੀ ਉਹ ਵੀ ਉਹਨੇ ਧੰਨੇ ਦਾ ਕਬੂਤਰ ਫੜਿਆ ਸੀਗਾ। ਠੀਕ ਹੈ ਬਾਈ, ਉਹ ਤੋਂ ਬਣੇ ਸੀ। ਠੀਕ ਹੈ, ਅਤੇ ਜਿਹੜਾ ਧੰਨੇ ਦਾ ਕਬੂਤਰ ਫੜਿਆ ਸੀਗਾ ਜੀ ਟੀਰੇ ਕਿਉਂ ਆ, ਜਿਹੜਾ ਧੰਨੇ ਦਾ ਬਜ਼ੁਰਗ ਬਾਬਾ ਧੰਨਾ ਸੀਗਾ ਜੀ, ਹਾਂਜੀ, ਉਹਨਾਂ ਕੋਲ ਹਰਗੋਬਿੰਦ ਦਾ ਕਬੂਤਰ ਸੀ ਮੀਰਾਬ ਜੀ, ਉਹ ਚਿੱਟੀਆਂ ਅੱਖਾਂ ਦਾ ਸੀਗਾ, ਉਹਦੇ ਨਾਲ ਭੋਲੀ ਦੀ ਭੈਣ ਲੱਗੀ ਸੀ, ਉਹਦਾ ਕਾਂ ਪੁੱਤ ਰਾਜਨ ਨੇ ਫੜਿਆ ਸੀ, ਉਹ ਤਾਂ ਕਰਕੇ ਇਹ ਟੀਰੇ ਟੂਰੇ ਕੱਢਦੇ ਆ। ਠੀਕ ਹੈ ਬਾਈ, ਹਾਂਜੀ, ਇਹ ਵੀ ਜਿਵੇਂ ਆਪਾਂ ਕਹਿ ਦਈਏ ਬਾਈ, ਹੈ ਨਾ, ਜਿਹੜੇ ਰਾਜ ਨਾਲ ਜਾਂਦੇ ਕਿਉਂ ਨਹੀਂ, ਉਹ ਮੀਰਾਬ ਹਰਗੋਬਿੰਦ ਵਾਲੇ ਕਬੂਤਰ ਦੀ ਵਿੱਚ ਬਰੀਡ ਆਹ ਮਿਕਸ ਕਰਕੇ ਤਾਂਹੀਓ ਨਹੀਂ ਜਾਂਦੇ, ਇਹ ਟੀਰੇ ਵੀ ਤਾਂਹੀਓ ਕੱਢਦੇ। ਠੀਕ ਹੈ ਬਾਈ, ਅਤੇ ਇਹ ਵੀ ਬਾਈ ਜਿਵੇਂ ਆਪਾਂ ਕਹਿ ਦਈਏ ਹੈ ਨਾ ਵੀ ਇੱਕ ਭਗਤੀ ਵਾਲਾ ਕੰਮ ਹੈ, ਹੈ ਨਾ? ਹਾਂਜੀ, ਜਿਹੜੇ ਬੰਦੇ ਹੁਣ ਮੰਨ ਕੇ ਚੱਲੋ ਹੁਣ ਧੰਨਾ ਗਾ ਹੁਣ ਉਹ ਤਾਂ ਰਹੇ ਨੀ ਹੈਗੇ ਇੱਥੇ, ਹਨਾ, ਜਾਂ ਜਿਹੜੇ ਮਹਾਰਾਜਨ ਆ ਉਹ ਵੀ ਨੀ ਨਾ ਹੋਏਗਾ, ਤੇ ਮੰਨ ਕੇ ਚੱਲੋ ਹੁਣ ਉਹ ਬਾਈ ਚੀਨੇ ਨੂੰ ਪਤਾ ਹੈਗਾ ਉਹ ਗੱਲ ਦਾ, ਨਾ ਚੱਲਦਾ ਉਹਨਾਂ ਦੀ ਹੁਣ ਬਰੀਡ ਤਾਂ ਅੱਜ ਪਿਓਰ ਤਾਂ, ਹਨਾ, ਮੰਨ ਕੇ ਚੱਲੋ ਸਾਵੇਂ ਖਿਡਾਰੀਆਂ ਕੋਲ ਆ, ਗਿਣਵੇਂ ਮਿਣਵੇਂ ਖਿਡਾਰੀਆਂ ਕੋਲ ਹੀ ਆ। ਗੱਲ ਕਰ ਦਿੰਦੇ ਨੇ ਬਾਈ ਵੀ ਚਿੱਟੀਆਂ ਵਾਲੇ ਰਾਜ, ਉਹ ਚਿੱਟੀਆਂ ਵਾਲੇ ਬਾਈ ਉਹ ਜਿਹੜੇ ਪਿੱਛੇ ਦੇ ਕੱਢ ਦਿੰਦੇ ਆ ਹਰਗੋਬਿੰਦ ਵਾਲੇ ਕਬੂਤਰਾਂ ਦੇ ਜੀ, ਉਹ ਤਾਂਹੀਓ ਚਿੱਟੀਆਂ ਵਾਲੇ ਤਾਂਹੀਓ ਟੀਰੇ ਨੇ ਜੀ, ਨਹੀਂ ਕੋਈ ਇਹਨਾਂ ਦੇ ਵਿੱਚ ਟੀਰਾਂ ਦੀ ਹੋਰ ਤਾਂ ਮਿਸ ਹੈ ਨਹੀਂ। ਜਿਹੜਾ ਜਿਹੜੀ ਭੋਲੀ ਦੀ ਭੈਣ ਨਾਲ ਕਬੂਤਰ ਲੱਗਿਆ ਸੀ ਵੱਡਾ ਉਹ ਹਰਗੋਬਿੰਦ ਦਾ ਸੀਗਾ, ਉਹਦਾ ਪੁੱਤ ਫੜਾਈ ਰਾਜਨ ਨੇ, ਉਹੀ ਬਾਈ ਮਿੱਕੀ ਨੇ ਉਦੋਂ ਖਰੀਦਿਆ ਸੀਗਾ, ਮੁੱਲ ਖਰੀਦਿਆ ਸੀ 5000 ਦਾ ਬਾਈ। ਸਾਨੂੰ ਹੋਰ ਜਿਹੜੇ ਤੁਹਾਡੇ ਕੋਲ ਨਸਲਾਂ ਨੇ ਮੰਨ ਕੇ ਚੱਲੋ ਉਹਨਾਂ ਨੇ ਸਾਨੂੰ ਨਾ ਉਹ ਕਰਾਓ ਜੀ, ਮੰਨ ਕੇ ਚੱਲੋ ਥੋੜੇ ਵਿੰਗੀ ਕਾਂਤ ਵਾਲੇ ਨੇਗੇ, ਉਹ ਵੀ ਲੋਕਾਂ ਦੇ ਸਾਹਮਣੇ ਕਰੋ ਵੀ ਮਤਲਬ ਤੁਹਾਡੇ ਕਿਹੜੇ ਨੇ ਜੀ ਉਹ। ਨਸਲ ਤਾਂ ਪਤਾ ਚੱਲ ਗਈ ਜੀ ਬਾਈ ਆਪਣਾ A to Z ਹੈ, ਆਸ਼ਾ ਕਿਸ਼ੋ ਸਾਰੇ ਹੀ ਨਸਲਾਂ ਨੇ ਬਾਈ, ਜਦੋਂ ਆਪਾਂ ਨੂੰ ਸ਼ੌਂਕ ਹੀ ਇੰਨਾ, ਜੇ ਕਿਸੇ ਖੇਡ ਦਾ ਕਬੂਤਰ ਚੰਗਾ ਹੁੰਦਾ ਕਿਸੇ ਯਾਰ ਮਿੱਤੋਂ ਲੈ ਲਈਦਾ, ਸਾਰੇ ਬਾਈ ਆਪਣੇ ਕੋਲਰ ਬਰੀਡ ਹੈ ਜੀ। ਹਾਂਜੀ, ਹੁਣ ਤਾਂ ਮਨ ਦੀ ਜਿਵੇਂ ਤਮਾਂ ਭਰੀ ਹੋਈ ਆ, ਬਾਕੀ ਠੰਡੂ ਫੜ ਕੇ ਦਿਖਾ ਦੇ ਬਾਈ ਨੂੰ। ਆਹ ਜਿਵੇਂ ਗੋਲੀ ਆ ਇਹ ਆਪਣਾ ਖੋਖਰ, ਖੋਖਰ ਗੋਲੀ ਉੱਠੀ ਉਹਦਾ ਪੁੱਤ ਹੈ ਜੀ ਇਹ। ਠੀਕ ਹੈ, ਅਤੇ ਇੱਕ ਮੈਂ ਬਾਈਆਂ ਨੂੰ ਹੋਰ ਵੀ ਦੱਸਦਾ ਵੀ ਸਾਡੇ ਬੰਦਿਆਂ ਦੀ ਬਣ ਗਈ ਜੋੜੀ, ਜੋੜੀ ਕਿਵੇਂ ਬਣੀ ਕਿਉਂ, ਇਹ ਤਾਂ ਬਾਈ ਹੈਗਾ ਚੀਨਾ ਇਹਦਾ ਨਾਂ, ਅਤੇ ਆਹ ਬੰਦਾ ਸਾਡਾ ਗੋਲਾ ਬਾਈ। ਮੈਂ ਵੀਡੀਓ ਦੇ ਉੱਪਰ ਇਹੀ ਗੱਲ ਲਿਖਣੀ ਹੈ ਵੀ ਗੋਲੇ ਅਤੇ ਚੀਨੇ ਦੀ ਬਣ ਗਈ ਜੋੜੀ, ਅਤੇ ਗੋਲੇ ਨੇ ਚੀਨੇ ਨੂੰ ਧਾਰ ਲਿਆ ਉਸਤਾਦ। ਠੀਕ ਆ ਵੀ, ਹੁਣ ਤੂੰ ਮੈਨੂੰ ਐਂ ਦੱਸ ਵੀ ਉਸਤਾਦ ਨੂੰ ਕੀ ਭੇਂਟ ਕਰੇਗਾ?
ਜੋ ਉਸਤਾਦ ਮੰਗੂ ਮੈਂ ਤਾਂ ਭੇਟ ਕਰ ਨਹੀਂ ਮੰਗੂ ਤੂੰ ਆਪਦੇ ਵੱਲੋਂ ਆਪਦੇ ਵੱਲੋਂ ਤਾਂ ਮੈਂ ਮੰਨ ਕੇ ਚਲੋ ਉਸਤਾਦ ਤੋਂ ਪਹਿਲਾਂ ਪੁੱਛੂੰਗਾ ਵੀ ਉਹਨਾਂ ਨੇ ਕੀ ਚੋਇਸਾਂ ਨੇਗੀਆਂ ਠੀਕ ਹੈ ਗੱਲੀ ਗੱਲੀ ਉਸਤਾਦ ਤਾਂ ਚੇਲਾ ਦਾ ਉਸਤਾਦ ਤੋਂ ਹਰੇਕ ਥਾਵੇਂ ਨੀਵਾਂ ਹੀ ਰਹੂਗਾ ਨਾ ਉਹ ਤੋਂ ਪੁੱਛ ਕੇ ਚੱਲਣੀ ਪਊਗਾ ਪੁੱਛ ਕੇ ਚੱਲਣਾ ਪਊਗਾ ਬਸ ਆਪਾਂ ਤਾਂ ਆਪਦੇ ਦਿਲੋਂ ਰਿਸਪੈਕਟ ਪੂਰੀ ਫੁੱਲ ਕਰਾਂਗੇ ਕੋਈ ਕੋਈ ਕਮੀ ਪੇਸ਼ ਨਹੀਂ ਛੱਡਦੇ ਜਮਾਂ ਵੀ ਹੈ ਨਾ ਜਿੱਦਾਂ ਜਿੱਦਾਂ ਉਸਤਾਦ ਨਹੀਂ ਦੱਸਣਾ ਹੁੰਦਾ ਇੱਕ ਚੇਲਾ ਮੰਨ ਕੇ ਚਲੋ ਇੱਕ ਉਸਤਾਦ ਦਾ ਪਿਓ ਦਾ ਰੂਪ ਦਿੰਦਾ ਚੇਲੇ ਨੂੰ ਚੇਲੇ ਨੂੰ ਆਪਦਾ ਉਸਤਾਦ ਦਾ ਪਿਓ ਦਾ ਰੂਪ ਦਿੰਦਾ ਉਹ ਗਾਹਾਂ ਉਸਤਾਦ ਨੇ ਦੇਖਣਾ ਵੀ ਨਾ ਵੀ ਆਪਾਂ ਚੇਲੇ ਨੂੰ ਕਿਹੜੇ ਰਾਹ ਪਾਉਣਾ ਕਿੱਥੋਂ ਕੀ ਕਰਨਾ ਕਿਵੇਂ ਕਿਵੇਂ ਉਹਨੂੰ ਸਮਝਾਉਣਾ ਕੀ ਗੱਲ ਉਹਨੂੰ ਦੱਸਣੀ ਆ ਕਬੂਤਰ ਬਾਜ ਕਿਵੇਂ ਦੱਸਣਾ ਉਹਨੂੰ ਕੀ ਨੌਲੇਜ ਜਿਵੇਂ ਕਹਿੰਦੇ ਵੀ ਜੇ ਗੁਰੂ ਦੇ ਚੇਲਾ ਫਿੱਟ ਆ ਗਿਆ ਹਨਾ ਤਾਂ ਫੇਰ ਹੀ ਗੁਰੂ ਜਿਹੜਾ ਬਈ ਜਿਹਦੇ ਗੁਣ ਦਿੰਦਾ ਹਨਾ ਫੇਰ ਫੇਰ ਹੀ ਦੋ ਜੀ ਬਿਲਕੁਲ ਬਈ ਤੁਹਾਡਾ ਕੀ ਮੰਨਣਾ ਹੈਗਾ ਬਈ ਤੁਹਾਡਾ ਤੁਸੀਂ ਵੀ ਤੁਹਾਡੇ ਮਨ 'ਚ ਗੱਲ ਆਉਂਦੀ ਹੋਊ ਹਨਾ ਜਿਵੇਂ ਆਪਾਂ ਨੂੰ ਹੁੰਦਾ ਵੀ ਯਾਰ ਮੁੰਡੇ ਨੂੰ ਚੋਅ ਹੈ ਹਾਂਜੀ ਤੇ ਅੱਜ ਵੀਡੀਓ 'ਚ ਵੀ ਤੁਹਾਡੇ ਨਾਲ ਲਿਆਂਦਾ ਗਾ ਵੀ ਯਾਰ ਮਿਲ ਕੇ ਆਉਣੇ ਹੈਗੇ ਤੇ ਤੁਹਾਨੂੰ ਇਹਦੇ ਬਾਰੇ ਕੀ ਲੱਗ ਰਿਹਾ ਵੀ ਇਹ ਅੱਗੇ ਜਾਣ ਵਾਲਾ ਖਿਡਾਰੀ ਹੈਗਾ ਜਾਂ ਕਿਵੇਂ ਆ ਬਾਈ ਨਹੀਂ ਬਾਈ ਇਹ ਪਤਾ ਗੱਲ ਕੀ ਹੈ ਇਹ ਆਪਾਂ ਕੋਈ ਜੋਤੀ ਤਾਂ ਹੈ ਨਹੀਂ ਵੀ ਆਪਾਂ ਕਹਿੰਦੇ ਹਾਂ ਬੰਦਾ ਇਹ ਤਾਂ ਬਾਈ ਬੰਦੇ ਦੀ ਮਿਹਨਤ ਆ ਜਿਹੜਾ ਬੰਦਾ ਬਾਈ ਕਿਸੇ ਚੀਜ਼ ਨੂੰ ਸਮਰਪਿਤ ਆ ਪਰਮਾਤਮਾ ਜਿਵੇਂ ਧੰਨੇ ਭਗਤ ਨੂੰ ਪੱਥਰ 'ਚ ਰੱਬ ਮਿਲ ਗਿਆ ਸੀ ਇਹ ਤਾਂ ਜਦੋਂ ਬਾਈ ਬੰਦਾ ਮਿਹਨਤ ਕਰੂਗਾ ਖੋਖਰ ਪਿੰਡ ਆਪਣੀ ਗੋਲੀ ਜਿੱਤੀ ਸੀ ਠੀਕ ਆ ਬਾਈ ਉਹਦਾ ਪੁੱਤ ਆ ਜੀ ਠੀਕ ਹੈ ਹਾਂਜੀ ਇਹਦੀ ਕਿੰਨੀ ਉਮਰ ਆ ਬਾਈ ਇਸ ਟਾਈਮ ਇਹ ਬਾਈ ਬਸ ਦੋ ਦੋ ਰਹਿੰਦੀਆਂ ਨੇ ਜੀ ਚਾਰ ਚਾਰ ਰਹਿੰਦੀਆਂ ਨੇ ਠੀਕ ਹੈ ਬਾਜੀਆਂ ਵੇਲੇ ਨੂੰ ਸਰਫਰ ਹੋ ਜੂਗਾ ਠੀਕ ਹੈ ਤੇ ਵੀਰੇ ਚੀਨੀ ਹੁਣ ਮੰਨ ਕੇ ਚਲੋ ਅਸੀਂ ਤਾਂ ਹੁਣ ਮੰਨ ਕੇ ਚਲੋ ਆਪਦੇ ਸੌਂਗ ਪੂਰੇ ਕਰ ਲਏ ਹੈ ਨਾ ਹੁਣ ਤੁਸੀਂ ਸਾਨੂੰ ਆਪਦੇ ਮਨ ਦਾ ਵੀ ਜਿਹੜਾ ਤੁਹਾਡਾ ਸਾਰਿਆਂ ਨੂੰ ਮੇਨ ਜੋੜੇ ਦਾ ਕੋਈ ਮੇਨ ਕਬੂਤਰ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡੇ ਖਹਿ ਬਾਜ ਜੁੜੀ ਕੱਢ ਕੇ ਉਹਨੇ ਕਬੂਤਰ ਨੇ ਦਿੱਤੀ ਹੋਵੇ ਤੁਹਾਡਾ ਨਾਂ ਕਰਿਆ ਹੋਵੇ ਕਬੂਤਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਕੇ ਜਿਹੜੇ ਤੁਹਾਡੇ ਸਭ ਤੋਂ ਮੇਨ ਨੇਗੇ ਤੁਹਾਨੂੰ ਸਭ ਤੋਂ ਦਿਲ ਲੱਗੇ ਹੋਏ ਕਬੂਤਰ ਨੇ ਉਹ ਸਾਨੂੰ ਦਿਖਾਓ ਜੀ ਕਰਨਾ ਸਾਡਾ ਬਾਈ ਮੇਰੇ ਮਤਲਬ ਸਾਡੇ ਆਹ ਵਾਲੇ ਭੇੜੇ ਆ ਜੀ ਸਾਨੂੰ ਫੜ ਕੇ ਦੀ ਕਬੂਤਰ ਫੜਦੇ ਵੀ ਕਲੇ ਹੀ ਆ ਜੇ ਆਪਾਂ ਕਹੀਏ ਜਲ ਜਲ ਘੱਟ ਵੀ ਉੜਦੇ ਬਾਲਾ ਵੀ ਉੜਦੇ ਆ ਜੇ ਘਰੇ ਨਾ ਵੀ ਉੜਦੇ ਹੁਣ ਤਾਂ ਵੀ ਬਾਜੀ ਛੱਡ ਦੇ ਤੇ ਸਾਰੇ ਹੀ ਕਰਾਉਂਦੇ ਇਹ ਜੱਸੋਵਾਲ ਕਬੂਤਰ ਆ ਠੀਕ ਹੈ ਇਹ ਕਾਲੇ ਚੀਨੇ ਵੀ ਕੱਢ ਦਿੰਦੇ ਜੀ ਲਾਲ ਸਿਰੇ ਵੀ ਕੱਢ ਦਿੰਦੇ ਆ ਠੀਕ ਹੈ ਇਹ ਪਿਓਰ ਆ ਜੀ ਮਤਲਬ ਭੈਣ ਭਾਈਆਂ ਦਾ ਕਢਾਇਆ ਹੋਇਆ ਅੱਛਾ ਜੀ ਇਹਦੇ ਪੈਰ ਵੀ ਦਿਖਾ ਲਈ ਸਾਡੇ ਵੀਰਾਂ ਨੂੰ ਤੇ ਇੱਕ ਬਈ ਜਿਵੇਂ ਫੜ ਲਓ ਜਿਵੇਂ ਆਪਾਂ ਤੁਸੀਂ ਆਪਾਂ ਕਹਿੰਦੇ ਬਰੀਡਿੰਗ ਕਰਵਾਉਣੀ ਹੋ ਨਾ ਬੱਚੇ ਕਢਵਾਉਣੇ ਹੋ ਹਾਂਜੀ ਉਹਨਾਂ ਲਈ ਕੋਈ ਸਪੈਸ਼ਲ ਤੁਹਾਡਾ ਬਣਾਇਆ ਹੋਇਆ ਉਹਨਾਂ ਲਈ ਬਾਈ ਇੱਕ ਤਾਂ ਹੁਣ ਅੰਦਰ ਥੋੜ੍ਹਾ ਬਣਾਇਆ ਵੀ ਥੋੜ੍ਹੇ ਜੋੜੇ ਜੋੜੇ ਉਹ ਲਾਵਾਂਗੇ ਬਾਕੀ ਉੱਥੇ ਆਪਣੇ ਬਾਈ ਵੱਲੋਂ ਕੋਲੇ ਮੋੜਾਂ ਨੇ ਉੱਥੇ ਕਢਵਾਉਣੇ ਤੁਸੀਂ ਹਾਂਜੀ ਹਾਂਜੀ ਠੀਕ ਹੈ ਜਿਹੜਾ ਉਹ ਅੰਦਰ ਲਾਇਆ ਗਾ ਆਪਾਂ ਜਾਲ ਦੇਖਿਆ ਨਾ ਤੁਸੀਂ ਫਿਰਦੇ ਉਹਦੇ ਵਿੱਚ ਤੇ ਵੀ ਉਹ ਇਹਨਾਂ ਲਈ ਤਿਆਰ ਕਰ ਰਹੇ ਹੋਗੇ ਹਾਂਜੀ ਬਾਈ ਠੀਕ ਹੁਣ ਤਾਂ ਬਾਈ ਪਤਾ ਗੱਲ ਕੀ ਹੈ ਉੱਥੇ ਤਾਂ ਜਿਹੜੇ ਬੱਚੇ ਲਿਆਉਂਦੇ ਆ ਇਹਦਾ ਇਹ ਬਰੀਡਿੰਗ ਦਾ ਇਹ ਜਿਹਾ ਕੰਮ ਆ ਹੁਣ ਸਾਡਾ ਭਰਾ ਇੱਕ ਬਾਈ ਬਾਹਰ ਠੀਕ ਬਾਈ ਯਾਦਵ ਅੰਦਰ ਆਜੋ ਬਾਈ ਬਾਹਰ ਇੱਥੇ ਇੱਥੋਂ ਆਂਡੇ ਭੇਜਦੇ ਉਹਨਾਂ ਨੂੰ ਬਾਈ ਹੁਣ ਤਾਂ ਇਹ ਬਰੀਡ ਅਮਰੀਕਾ ਵੀ ਹੋ ਗਈ ਅੱਛਾ ਅਮਰੀਕਾ ਦਾ ਕਾਂਡੇ ਬਾਗੇ ਬਾਈ ਹਾਂ ਨਹੀਂ ਉਹ ਤਾਂ ਸਾਡਾ ਭਰਾ ਹੀ ਆ ਬਾਈ ਵੀ ਬਾਈ ਨੂੰ ਹਰ ਸਾਲ ਉੱਥੇ ਬਾਜੀ ਮੋਜੀ ਹੁਣ ਅਮਰੀਕਾ ਵੀ ਹੋਣ ਲੱਗ ਗਈ ਹਾਂ ਹਾਂ ਬਿਲਕੁਲ ਬਾਈ ਭੇਜਦੇ ਆ ਕਿਉਂ ਮੇਰਾ ਭਰਾ ਰਹਿੰਦਾ ਬਾਈ ਵੁੱਡਲੈਂਡ ਸਿਟੀ 'ਚ ਸੈਕਰਾਮੈਂਟੋ ਦੇ ਕੋਲ ਸੈਕਰਾਮੈਂਟੋ ਹੁੰਦੀ ਆ ਬਾਜੀ ਬਾਈ ਬਾਈ ਹਰੇ ਕੈਲੀਫੋਰਨੀਆ ਨੇ ਹਾਂ ਹਾਂ ਕੈਲੀਫੋਰਨੀਆ ਸ਼ੌਂਕ ਬਹੁਤ ਉਹਨਾਂ ਨੂੰ ਬਾਈ ਫਿਰ ਬਈ ਬੇਕਰਸਫੀਲਡ ਨੇ ਅੱਛਾ ਬੇਕਰਸਫੀਲਡ ਨੇ ਠੀਕ ਹੈ ਬਾਕੀ ਮੈਨੂੰ ਜ਼ਿਆਦਾ ਨਹੀਂ ਡਿਟੇਲ 'ਚ ਮੈਨੂੰ ਨਹੀਂ ਨਹੀਂ ਠੀਕ ਹੈ ਬਾਈ ਕਦੇ ਟੋਪਿਕ ਦੀ ਗੱਲ ਨਹੀਂ ਹੋਈ ਠੀਕ ਹੈ ਅਤੇ ਉੱਥੇ ਬਾਈ ਹਰ ਨੇ ਖੁੱਡੇ ਖੱਡੇ ਪਏ ਤਾਂ ਗੁੱਡ ਪੀਜਿੰਗ ਕਲੱਬ ਦੇ ਨਾਂ 'ਤੇ ਬਾਈ ਦੇ ਲੋਗੋ ਲੂਗੋ ਲੱਗਿਆ ਬਾਜੀਆਂ ਛੱਡਦੇ ਆ ਅੱਛਾ ਟਰੱਕ 'ਤੇ ਵੀ ਲਿਖਾਇਆ ਹੋਣਾ ਫਿਰ ਤਾਂ ਲਿਖਾਇਆ ਲਿਖਾਇਆ ਜੀ ਪੂਰਾ ਸ਼ੌਂਕ ਹੋ ਗਿਆ ਬੰਦੇ ਦਾ ਆਪਾਂ ਕਬੂਤਰ ਸਾਰੇ ਦਿਖਾ ਦਿੱਤੇ ਬਾਈ ਨੇ ਚੀਨੇ ਨੇ ਆਪਣੇ ਜਿਹੜਾ ਜਿਹੜਾ ਵੀ ਆਪਾਂ ਕਬੂਤਰ ਕਿਹਾ ਬਾਈ ਨੇ ਆਪੋ ਆਪਣੀ ਹੈ ਨਾ ਮਤਲਬ ਸਾਰੇ ਮਨ ਨਾਲ ਦਿਖਾ ਦਿੰਦੇ ਆ ਆਪਦੇ ਵੀ ਕਬੂਤਰ ਬਾਈ ਨੇ ਦਿਖਾਏ ਨੇ ਬਾਈ ਜੀ ਇੱਕ ਗੱਲ ਨਾ ਮਤਲਬ ਸਾਡੇ ਦਿਲ 'ਚ ਖਾਸ ਹੀ ਰੜਕਦੀ ਹੈ ਜੀ ਠੀਕ ਹੈ ਜੀ ਮੰਨ ਕੇ ਚੱਲੋ ਨਾ ਇੱਕ ਉਸਤਾਦ ਕਹਿੰਦੇ ਆਪਾਂ ਕਹਿੰਦੇ ਵੀ ਜੀ ਫਲਾਨਾ ਆਪਣੇ ਉਸਤਾਦ ਚੁਣ ਲਿਆ ਜੀ ਐਂ ਕਰ ਲਈ ਲੋਕਾਂ ਦੇ ਗੱਲਾਂ ਨੇ ਮਨਾਂ ਦੇ ਭਾਵਨਾ ਦੀਆਂ ਇਹ ਠੀਕ ਹੈ ਜੀ ਵੈਸੇ ਤਾਂ ਆਪਣਾ ਉਸਤਾਦ ਨੂੰ ਬੋਲਣ ਦਾ ਕੋਈ ਹੱਕ ਹੁੰਦਾ ਨਹੀਂ ਹੈਗਾ ਨਾ ਅਗਲਾ ਜਿਵੇਂ ਚੁਣਦਾ ਚੇਲਾ ਕੋਈ ਵੀ ਚੁਣਦਾ ਉਹ ਉਸਤਾਦ ਅਗਲੇ ਦਾ ਹਰੇਕ ਦਾ ਹੈਗਾ ਠੀਕ ਹੈ ਆਪਦਾ ਅਗਲਾ ਹਰੇਕ ਮੰਨਦਾ ਹੈਗਾ ਮੰਨ ਕੇ ਚੱਲੋ ਹਨਾ ਵੀ ਬਈ ਹੁਣ ਵਿੱਚ ਲੋਕ ਗੱਲਾਂ ਕਰਦੇ ਨੇ ਵੀ ਫਲਾਨਾ ਉਸਤਾਦ ਬਈ ਦੱਸਦਾ ਨਹੀਂ ਐਂ ਨਹੀਂ ਕਰਦਾ ਕਬੂਤਰ ਨਹੀਂ ਦਿੰਦਾ ਹੈਗਾ ਲੋਕਾਂ ਦੀਆਂ ਗੱਲਾਂ ਨੇ ਇਹ ਮਨਾਂ ਦੀਆਂ ਵੈਸੇ ਉਹ ਦੇਖਦੇ ਨਹੀਂ ਹੈਗੇ ਵੀ ਚੇਲੇ ਅਤੇ ਉਸਤਾਦ ਆਪ 'ਚ ਕੀ ਪਿਆਰ ਹੈਗਾ ਉਵੇਂ ਜੀ ਮੰਨ ਕੇ ਚੱਲੋ ਤੁਸੀਂ ਵੀ ਦੱਸੋ ਸਾਨੂੰ ਵੀ ਜੀ ਤੁਹਾਨੂੰ ਬਾਈ ਨੇ ਕਿਵੇਂ ਕਿਵੇਂ ਖੇਡ ਦਿੱਤੀ ਕਿਵੇਂ ਕਿਵੇਂ ਉਹ ਦੱਸਿਆ ਜੀ ਉਹ ਗੱਲਾਂ ਸਾਡੇ ਨਾਲ ਤੁਸੀਂ ਵੀ ਸਾਂਝੀਆਂ ਕਰੋ ਜੀ ਬਾਈ ਜੇ ਆਪਾਂ ਕਹੀਏ ਵੀ ਹੁਣ ਕੋਈ ਬੰਦਾ ਆਵੇ ਚਾਹੇ ਮੈਨੂੰ ਬਾਈ
मान लो भी मेरे ना जमीन भी करा दे ऐ तो मैं भी नहीं दसदा बई कोई भी नहीं दसदा जो तो बई आप कोई बंद अपना नेड़ता हो जाते मोह प्यार बढ़ जाता उदों बई जे बंद जे आप तो कोई गुरु दर्शन कोई ना भी लवेंगे तो भी दसया जाता हूँ मेरा बई वालों ना ऐ प्यार भी साढ़े कोई आपस लैन देने चीज़ की गल है ही नहीं सारे कबूतर मेरे उत्थे है ऐ पता हूँ अंदर सिस्टम करे मैं सारे इतने लिया वा कोई नहीं है भी खे कोई लैन देने वाली चीज़ ना नहीं है सिस्टम ये बई दिलों प्यार आने जिमें साढ़े बंदे आ बई साढ़े साढ़े सारे ग्रुप के बई शकील हो गया बई अपने तंदर वर्गे गुरजीत जिन्हें मुंडे जगराऊ तो ने अपने पुलिस वाले अरे अपने बहुत बंदे है छमंदर वर्गे सारे बंदे साढ़े बन जाते हैं एक बंदे जिमें आप बई तो सीखे ना सिस्टम यह बंदे की उमें की तसीर हो जाती है अपन ए भी साढ़े बंद सारे जितने बाजी हैं जोड़ा बंदा साढ़े को आस्था आके आता बई भी यार मैं कबूतरबाज बनना ਆਹੀ ਆਉਂਦਾ ਸਾਡੇ ਕੋਲ ਤਾਂ ਸਾਡੇ ਕੋਲ ਆਉਣਾ ਕੋਈ ਘੋੜੀ ਨਾਲ ਆਉਂਦਾ ਨਹੀਂ ਵੀ ਉੱਥੇ ਘੋੜੀ ਲੈ ਕੇ ਆਊਂਗਾ ਆਸ ਲੈ ਕੇ ਆਉਂਦਾ ਬਾਈ ਜੇ ਆਪਾਂ ਅਗਲੇ ਦੀ ਆਸ ਤਾਂ ਨਹੀਂ ਖਰੇ ਉਤਰਾਂਗੇ ਨਾ ਫਿਰ ਪਰਮਾਤਮਾ ਬਾਈ ਵਰ ਵੀ ਨਹੀਂ ਕਰਦਾ ਮੈਂ ਤਾਂ ਕਬੂਤਰ ਵਾਲੇ ਹੋਰ ਬੰਦੇ ਨੂੰ ਬੇਨਤੀ ਕਰਦਾ ਜੇ ਕੋਈ ਕਿਸੇ ਦੇ ਨਾਲ ਬੰਦਾ ਜੁੜਿਆ ਕਰਿਆ ਆਪਾਂ ਉਹਨੂੰ ਵਰਤੀਏ ਨਾ ਸਮਾਂ ਦੀ ਉਹਨੂੰ ਸਿਖਾਈਏ ਵੀ ਉਹ ਵੀ ਆਪਣੇ ਬਰਾਬਰ ਦਾ ਬਣੇ ਹਾਂਜੀ ਕਈ ਵਾਰੀ ਆਪਣੇ ਕਿਸੇ ਬੰਦੇ ਦਾ ਕਬੂਤਰ ਉੱਡਦਾ ਹੁੰਦਾ ਬਾਈ ਸਾਨੂੰ ਹੌਸਲਾ ਹੁੰਦਾ ਵੀ ਯਾਰ ਆਪਣਾ ਹਰ ਗਿਆ ਹਰ ਗਿਆ ਆਪਣੇ ਚੱਲ ਜਿਹੜਾ ਛਗੜਦਾ ਜਾਂ ਆਪਣਾ ਗਰੁੱਪ ਦਾ ਮੈਂਬਰ ਉਹਦਾ ਹੈਗਾ ਹੁਣ ਮੰਨ ਕੇ ਚੱਲੋ ਜੀ ਵਿੱਚ ਗੱਲਾਂ ਕਰਦੇ ਨੇ ਵੀ ਉਸਤਾਦ ਦੱਸਦਾ ਨਹੀਂ ਹੈਗਾ ਜੀ ਹੁਣ ਬੱਲੂ ਬਾਈ ਨੂੰ ਵੀ ਵਿੱਚ ਲੋਕ ਆਏ ਹੋਣਗੇ ਵੀ ਨਹੀਂ ਬਈ ਬਹੁਤ ਗਰਮ ਸੁਭਾਅ ਦੇ ਨੇ ਨਹੀਂ ਕਿਸੇ ਨੂੰ ਕੁਛ ਦੱਸਦੇ ਜੀ ਉਹ ਆਏ ਆ ਤੁਹਾਡੇ ਨਾਲ ਬਾਈ ਚੀਨੇ ਫਿਰ ਵੀ ਕਿਵੇਂ ਮੰਨ ਕੇ ਚੱਲੋ ਗੱਲਬਾਤ ਹੋਈ ਬਾਈ ਦਾ ਸੁਭਾਅ ਬਾਈ ਬਹੁਤ ਜ਼ਿਆਦਾ ਨਰਮ ਆ ਬਾਈ ਜਮਾਂ ਐਂ ਨਰਮ ਬੰਦਾ ਉੱਤੋਂ ਜ਼ਰੂਰ ਅਗਰੈਸਿਵ ਆ ਮੌਕੇ 'ਤੇ ਠੰਡਾ ਹੋ ਜਾਂਦਾ ਜੇਕਰ ਗਲ ਵੀ ਪੈ ਜਾਵੇ ਅਤੇ ਬਾਕੀ ਜਿਹੜਾ ਬਾਈ ਦਾ ਸੁਭਾਅ ਬਾਈ ਬਾਈ ਨੇ ਸਾਨੂੰ ਐਂ ਕਿਹਾ ਬਾਈ ਇਕੱਲੇ ਮੈਨੂੰ ਨਹੀਂ ਜਿੰਨੇ ਸਾਡੇ ਗਰੁੱਪ ਦੇ ਬੰਦੇ ਆ ਵੀ ਰਾਤ ਨੂੰ ਚਾਹੇ 1 ਵਜੇ 2 ਵਜੇ 4 ਵਜੇ ਵੀ ਫੋਨ ਕਰ ਲਿਓ ਸਵੇਰ ਤੋਂ ਬਾਈ ਨੂੰ ਬਾਈ ਜਦੋਂ ਬਾਜ਼ਾਂ ਚੱਲਦੀਆਂ ਸਵੇਰੇ ਫੋਨ ਆਉਣ ਲੱਗ ਜਾਂਦੇ ਆ ਹਾਂਜੀ ਜਿਹੜਾ ਬੰਦੇ ਨੂੰ ਕਹਿੰਦੇ ਬਾਈ ਨੂੰ ਉਹ ਵੀ ਮੈਡਮ ਨੇ ਕਰਤੀ ਫਿਰ ਤੂੰ ਮੈਨੂੰ ਪੁੱਛ ਕੇ ਸਾਂਭ ਲਈ ਬਾਈ ਉਹਨੂੰ ਵੀ ਨਹੀਂ ਜਵਾਬ ਦਿੰਦੇ ਬਾਈ ਇੱਕ ਨਾ ਮਾੜੀ ਜਿਹੀ ਮੈਨੂੰ ਵੀ ਦੱਸੋ ਗੱਲ ਹਾਂਜੀ ਜਿਵੇਂ ਸਾਡੇ ਸੁਣਨ ਚ ਆਉਂਦਾ ਹਾਂਜੀ ਵੀ ਜਿਵੇਂ ਬਾਜ਼ੀਆਂ ਹੁੰਦੀਆਂ ਨੇ ਹਾਂਜੀ ਹੈਨਾ ਵੀ ਉੱਥੇ ਜਿਹੜਾ ਬੰਦਾ ਕਾਪੀ ਦੇ ਬੈਠਾ ਹੁੰਦਾ ਹਾਂਜੀ ਉਹ ਕਹਿੰਦੇ ਪੂਰਾ ਇਮਾਨਦਾਰ ਚਾਹੀਦਾ ਹਾਂਜੀ ਕਹਿੰਦੇ ਵੀ ਵਿੱਚ ਕਬੂਤਰ ਵੀ ਮਤਲਬ ਡਾਬਲ ਰੰਗ ਲੱਗਿਆ ਹੁੰਦਾ ਵੀ ਦੁਪਹਿਰੇ ਤੇ ਪੂਰੇ ਵੀ ਛੱਡ ਦਿੰਦੇ ਆ ਹਨਾ ਉਹ ਕੀ ਚੱਕਰ ਆ ਕਹਿੰਦੇ ਇਹ ਸੁਣਨ 'ਚ ਆਇਆ ਕਹਿੰਦੇ ਬਾਈ ਵੀ ਬੇਈਮਾਨੀ ਕਰ ਦਿੰਦੇ ਬੰਦੇ ਵੀ ਮਤਲਬ ਕਬੂਤਰ ਕਾਪੀ ਵਾਲੇ ਕੋਈ ਹੁੰਦਾ ਹੋਊ ਹਿਸਾਬ ਕਿਤਾਬ ਹਨਾ ਅਸੀਂ ਮੈਂ ਸੁਣੀ ਸੀ ਇਹ ਗੱਲ ਕਹਿੰਦੇ ਬੰਦੇ ਦੁਪਹਿਰੇ ਕਬੂਤਰ ਛੱਡਣ ਦੇ ਕਾਪੀ ਵਾਲਾ ਹੋ ਜਾਂਦਾ ਬਾਈ ਅੱਜ ਕੱਲ੍ਹ ਨਾ ਪੰਜਾਬ ਦੇ ਵਿੱਚ ਬਹੁਤ ਚੰਗੀਆਂ ਬਾਜ਼ੀਆਂ ਹੋਣ ਲੱਗ ਗਈਆਂ ਜਿਹੜੇ ਕਾਪੀ ਵਾਲੇ ਅੰਪਾਇਰ ਨੇ ਜੀ ਜਿਵੇਂ ਬਾਈ ਸੋਨੀ ਬ੍ਰਹਮਪੁਰ ਬਾਈ ਗੱਲਬਾਜਾ ਕਰਨਾ ਟਹਿਲਾ ਧਨੇਰ ਜੀ ਆਪਣਾ ਤੁਹਾਡੇ ਪਿੰਡੋਂ ਇੱਕ ਮੁੰਡਾ ਸੀ ਹਰੀਗੜ੍ਹ ਜਿਵੇਂ ਸਾਰਾ ਕਿਲਾ ਰਾਏਪੁਰ ਪੀਨ ਕਲੱਬ ਹੋ ਗਿਆ ਉੱਧਰ ਬਾਈ ਮੱਡੂ ਹਰੇ ਹੋ ਗਏ ਬਾਈ ਜਿਹੜੀਆਂ ਚੰਗੀਆਂ ਬਾਜ਼ੀਆਂ ਉੱਥੇ ਕਿਤੇ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਜਿਹੜੀ ਕੋਈ ਬਾਈ ਬਾਜ਼ੀ ਪਿੰਡ ਜਿਵੇਂ ਜਵਾਕ ਜਵੂਕ ਕਰਾਉਂਦੇ ਉੱਥੇ ਹੋ ਜਾਂਦੀ ਹੋਵੇ ਤਾਂ ਹੋ ਜਾਂਦੀ ਹੋਵੇ ਬਾਕੀ ਬਾਈ ਜਿਹੜੇ ਆਹ ਬੰਦੇ ਮੇਨ ਸਾਰੇ ਬਾਜ਼ੀ ਚੰਗੀਆਂ ਬਾਜ਼ੀ ਦੇ ਆਹੀ ਬੰਦੇ ਹੁੰਦੇ ਆ ਇਹ ਬੰਦੇ ਬਾਈ ਉਹ ਧੋਖਾ ਖਾ ਸਕਦੇ ਜਦੋਂ ਇਹਨਾਂ ਕੋਈ ਅੱਖਾਂ ਓਲੇ ਕੁਦਰਤੀ ਹੋਇਆ ਕੰਮ ਕਿਉਂਕਿ ਅੱਖਾਂ ਵੀ ਊਂ ਹੈਗੇ ਚਾਂਸ ਵੀ ਆਏ ਛੋਟੀਆਂ ਬਾਜ਼ੀਆਂ ਦੇ ਕਰਦੇ ਛੋਟੀਆਂ ਬਾਜ਼ੀ 'ਤੇ ਹੋ ਜਾਂਦਾ ਬਾਈ ਵੱਡੀ ਬਾਜ਼ੀ 'ਤੇ ਇਹ ਬੰਦੇ ਬਾਈ ਐਂ ਜਮਾਂ ਬਾਜ਼ ਵਾਲੀ ਅੱਖ ਇਹਨਾਂ ਦੀ ਇਹ ਤਾਂ ਬਾਈ ਜਿਵੇਂ ਮੰਨ ਲਓ ਵੀ ਜਦੋਂ ਆਮ ਬੰਦੇ ਨੂੰ ਕਬੂਤਰ ਦਿਖਦਾ ਵੀ ਨਹੀਂ ਉਹ ਵੀ ਉੱਥੇ ਰੰਗ ਪਛਾਣ ਲੈਂਦੇ ਨੇ ਅੱਛਾ ਬਹੁਤ ਤਾੜ ਬਾਈ ਉੱਥੇ ਕਿਵੇਂ ਫਿਰ ਦੂਰਬੀਨ ਵਗੈਰਾ ਨਾਲ ਦੇਖਦੇ ਬਈ ਆਪ ਹੀ ਇਹ ਬਾਈ ਗੱਲ ਬਾਕੀ ਹੋਏ ਆਪ ਦੂਰਬੀਨ ਹੀ ਨੇ ਜੀ ਅੱਖਾਂ ਹੀ ਦੂਰਬੀਨ ਇਹਨਾਂ ਕੁਦਰਤ ਨੇ ਫਿੱਟ ਹੀ ਕਰਿਆ ਇੱਕ ਬਾਈ ਹੋਰ ਵੀ ਦੱਸੋ ਕਿਨੇ ਬਾਈ ਹੁਣ ਮਤਲਬ ਤੁਸੀਂ ਦੱਸੋ ਜੀ ਸਾਨੂੰ ਅੱਗੇ ਖਿਡਾਰੀਆਂ ਨੂੰ ਤੁਸੀਂ ਕੀ ਜਾਣ ਨਵੇਂ ਮੁੰਡਿਆਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਜੀ ਕਿਵੇਂ ਦੱਸਣਾ ਵੀ ਕਬੂਤਰ ਵਾਲੀ ਨੂੰ ਕਿਵੇਂ ਸਾਹਮਣਾ ਪਤਾ ਕੀ ਆਪਾਂ ਵੀ ਨਵੇਂ ਮੁੰਡੇ ਹੀ ਆ ਗਏ ਆਪਾਂ ਕੋਈ ਜ਼ਿਆਦਾ ਉਹ ਨਹੀਂ ਪਰ ਜਿਵੇਂ ਜਿਹੜੀ ਮੇਰੇ ਦਿਲ ਦੀ ਗੱਲ ਆ ਉਹ ਮੈਂ ਪਹਿਲਾਂ ਇੰਟਰਵਿਊ 'ਚ ਵੀ ਕਹੀ ਸੀ ਵੀ ਟੌਪ ਦੀਆਂ ਤਾਂ ਬਾਜ਼ੀਆਂ ਛੱਡੋ ਜਿੱਥੇ ਜਮਾਂ ਸਾਰਨਾਂ ਦੇ ਭੇੜ ਹੋਣ ਖਿਡਾਰੀ ਹੋਣ ਉੱਥੇ ਬਾਜ਼ੀ ਛੱਡੋ ਕਿਉਂਕਿ ਕਬੂਤਰ ਨੇ ਮਾੜੀ ਬਾਜ਼ੀ ਦੇ ਵੀ ਉਹਨੇ ਉੱਡਣਾ ਚੰਗੀ ਦੇ ਵੀ ਉਹਨੇ ਉੱਡਣਾ ਵਧੀਆ ਬਾਜ਼ੀਆਂ ਕਰਾਓ ਬਾਈ ਕੋਈ ਆ ਜਿਵੇਂ ਬਾਈ ਗੱਲ ਕਰਦੇ ਸੀ ਕੋਈ ਦੁਬਾਰੇ ਨਾ ਛੱਡੋ ਛੱਡੋ ਕੋਈ ਐਂ ਨਾ ਸੋਚੋ ਹਾਰ ਨੂੰ ਹਾਰ ਮੈਨੂੰ ਜਿੱਤ ਕੇ ਤਾਂ ਵੀ ਹੱਸ ਕੇ ਮੁੜ ਜਾਓ ਹਾਰ ਕੇ ਤਾਂ ਵੀ ਹੱਸ ਕੇ ਮੁੜ ਜਾਓ ਬਿਲਕੁਲ ਇਹ ਖੇਡ ਆ ਬਾਈ ਬਿਲਕੁਲ ਬਾਈ ਖੇਡ ਆ ਬਿਲਕੁਲ ਜਿੱਤ ਹਾਰ ਜੇ ਆਪਾਂ ਉਹ ਜਿਵੇਂ ਕਿ ਹਿੱਸੇਦਾਰ ਬਣਾਂਗੇ ਹੈ ਨਾ ਜਿਵੇਂ ਕਹਿੰਦੇ ਹੁੰਦੇ ਵੀ ਆਪਾਂ ਉਹਦੇ ਵਿੱਚ ਐਂਟਰੀ ਕਰਾਂਗੇ ਤਾਂ ਜਿੱਤ ਵੀ ਹੋ ਸਕਦੀ ਆ ਹਾਰ ਵੀ ਹੋ ਸਕਦੀ ਆ ਹਾਂਜੀ ਬਿਲਕੁਲ ਬਾਈ ਸੋ ਹੋਰ ਬਾਈ ਕੋਈ ਬਸ ਕੋਈ ਤੁਹਾਡੇ ਵੱਲੋਂ ਨਹੀਂ ਕਰਦੀ ਓਕੇ ਸਭ ਠੀਕ ਹੈ ਓਕੇ ਜੀ ਚਲੋ ਠੀਕ ਆ ਬਾਈ ਅਤੇ ਮੇਰੇ ਵੱਲੋਂ ਬਾਈ ਚੀਨੇ ਮਾਨਸਾ ਦਾ ਬਹੁਤ ਬਹੁਤ ਧੰਨਵਾਦ ਅਤੇ ਨਾਲ ਹੀ ਸਾਨੂੰ ਅੱਜ ਇੱਕ ਨਵਾਂ ਐਂਕਰ ਮਿਲ ਗਿਆ ਸਾਡਾ ਗੁਗਲੀ ਕਿਉਂ ਇਹਨੂੰ ਆਪਾਂ ਕਹਿ ਦਈਏ ਵੀ ਕਬੂਤਰਾਂ ਬਾਰੇ ਬਹੁਤ ਨੌਲੇਜ ਆ ਮੈਂ ਇਸ ਚੀਜ਼ ਦਾ ਬਾਈ ਖਿਡਾਰੀ ਨਵਾਂ ਹੈ ਨਾ ਕਿਸੇ ਵੀਰ ਨੂੰ ਕੋਈ ਗੱਲ ਗਲਤ ਲੱਗੀ ਹੋਵੇ ਜਾਂ ਮੈਥੋਂ ਕੁਛ ਗਲਤ ਪੁੱਛਿਆ ਗਿਆ ਹੋਵੇ ਜਾਂ ਵਿੱਚ ਬੋਲਿਆ ਗਿਆ ਹੋਵੇ ਤਾਂ ਬਾਈ ਮੈਂ ਸਾਰਿਆਂ ਤੋਂ ਮਾਫ਼ੀ ਮੰਗਦਾ ਹੈ ਨਾ ਕਿਉਂ ਨਵੇਂ ਬੰਦੇ ਆ ਬਾਈ ਸਿੱਖ ਰਹੇ ਹਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਵੀ ਬਾਈ ਤੁਸੀਂ ਆਹ ਗੱਲ ਪੁੱਛਣੀ ਦੀ ਆਹ ਗੱਲ ਪੁੱਛਣੀ ਦੀ ਹੈ ਨਾ ਅਤੇ ਚੀਨੇ ਬਾਈ ਨਾਲ ਪੈ ਗਿਆ ਸਾਡਾ ਕਹਿ ਦਈਏ ਵੀ ਭਰਾਵਾਂ ਵਾਲਾ ਪਿਆਰ ਇਹਨਾਂ ਨੂੰ ਪਤਾ ਨਹੀਂ ਯਾਰੀ ਹੁਣ ਕਿੱਥੇ ਤੱਕ ਚੱਲਣੀ ਹੈਗੀ ਕਿਉਂ ਬਾਈ ਦਾ ਸੁਭਾਅ ਬਾਈ ਤੇਰਾ ਬਹੁਤ ਵਧੀਆ ਬੰਦਾ ਯਾਰਾਂ ਦਾ ਯਾਰ ਆ ਜਸਪਾਲ ਅੰਕਲ ਕੋਲ ਮਿਲਿਆ ਸੀ
ਬੰਦਾ ਆਪਾਂ ਕਹਿ ਦਈਏ ਵੀ ਐਡੇ ਉੱਚੇ ਆਪਦੇ ਉਸ ਦੇ ਵਿੱਚ ਕਹਿ ਦਈਏ ਆਪਦੇ ਕ੍ਰਾਈਟੇਰੀਆ ਦੇ ਵਿੱਚ ਜਿੱਥੇ ਇਹ ਕੰਮ ਕਰ ਰਿਹਾ ਪੂਰੇ ਟੌਪ 'ਤੇ ਹਾਈ ਲੈਵਲ 'ਤੇ ਕਰਦਾ, ਨਹੀਂ ਵਿੱਚ ਬੰਦੇ ਗੱਲ ਨਹੀਂ ਕਰਦੇ ਹੁੰਦੇ ਬਾਈ, ਵਿੱਚ ਬੰਦਾ ਉਹ ਨਹੀਂ ਕਰਦਾ ਹੁੰਦਾ, ਬਾਈ ਨੇ ਸਾਨੂੰ ਭੱਜ ਕੇ ਉਹ ਕਰਿਆ ਅਤੇ ਨਾਲ ਅਸੀਂ ਧੰਨਵਾਦ ਕਰਦੇ ਹਾਂ ਬਾਈ ਬੱਬੂ ਦਾ ਅਤੇ ਨਾਲ ਆ ਬਾਈ ਆਪਣੇ ਨਾ ਮਿਸਤਰੀ ਵੀ ਭਰਾ ਵੀ ਕਬੂਤਰਬਾਜ ਵੀ ਆ, ਠੀਕ ਹੈ, ਇਹ ਇਹਦੀ ਡਿਊਟੀ ਬਹੁਤ, ਇਹ ਆਪਦੇ ਕੰਮ ਦੇ ਘੱਟ ਡਿਊਟੀ, ਇਹ ਉਹ ਇਹ ਜੈਸਮੈਨ ਆ ਬਾਈ, ਜਿਹਨੂੰ ਫੋਨ ਕਰਤਾ ਮਲਕੀਤ ਆ ਜਾ ਪਹੁੰਚ ਜਾਣਾ, ਇਹ ਬਾਈ ਠੰਡੂ ਸਾਡਾ ਕੁੱਕ ਵੀ ਆ, ਠੀਕ ਹੈ, ਇਹ ਸਾਡਾ ਭਰਾ ਵੀ ਆ, ਠੰਡੂ ਕੀ ਕੁਛ ਬਣਾ ਲੈਂਦਾ ਪਹਿਲਾਂ ਮੈਨੂੰ ਐਂ ਦੱਸੋ, ਇਹ ਸਾਰਾ ਕੁਛ ਹੀ ਬਣਾਉਂਦਾ, ਸ਼ਿਕਾਰੀਆਂ ਪੂਰੇ ਬਸ, ਠੀਕ ਆ, ਮੈਂ ਤਾਂ ਬਾਈ ਪਹਿਲਾਂ ਕਹਿ ਕੇ ਹਟਿਆ, ਮੈਂ ਜਿੱਦ ਨੇ ਕਿਤੇ ਜੀ ਕਰਿਆ ਕਰੂ, ਸਾਡੇ ਕਈ ਟਿਕਾਣੇ ਬਣ ਗਏ, ਜਿਹੜਾ ਬੰਦਾ ਆਪਣੇ ਕਬੂਤਰ ਸਾਹਿਬ ਦਾ ਉਹ ਠੰਡ ਨੂੰ ਛੁੱਟੀ 'ਤੇ ਭੇਜਿਆ ਹੋਇਆ, ਉਹ ਅੱਜ ਆਪ ਹੈ ਨੀਗਾ ਬਾਈ, ਅੱਛਾ ਆਪ ਹੈ ਨੀਗਾ, ਉਹਨਾਂ ਗੱਗੂ ਹੈਗਾ, ਗੱਗੂ ਹੈਗਾ, ਕੰਮ ਤੋਂ ਆਇਆ ਬਾਈ ਮੈਂ, ਅੱਛਾ ਹੁਣੀ ਕੰਮ ਤੋਂ ਆਇਆ, ਕੰਮ ਤੋਂ ਆਇਆ, ਠੀਕ ਹੈ ਠੀਕ ਹੈ, ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਬਾਈ, ਹੈ ਨਾ, ਤੁਸੀਂ ਸਾਰੇ ਵੀਰ ਵਿੱਚ ਆਏ, ਆਪਣੀ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ, ਹੈ ਨਾ, ਸਾਨੂੰ ਵੀਡੀਓ ਦਾ ਕੀ ਹੁੰਦਾ ਬਾਈ, ਸਾਨੂੰ ਇਹ ਹੁੰਦਾ ਵੀ ਆਪਾਂ ਗੱਲਾਂ ਕਰਨੀਆਂ ਨੇ, ਅਸੀਂ ਅੱਜ ਚੀਨੇ ਬਾਈ ਕੋਲ ਆਏ ਹਾਂ ਕੁਛ ਸਿੱਖਣ ਲਈ ਆਇਆ ਬਾਈ, ਨਹੀਂ ਨਹੀਂ ਕੋਈ, ਕਿਉਂ ਇਹ ਚੀਜ਼ ਦੇ ਵਿੱਚ ਬਾਈ ਅਸੀਂ ਉੱਥੋਂ ਸਿੱਖਾਂਗੇ, ਹੈ ਨਾ, ਫਿਰ ਹੀ ਅਸੀਂ ਅੱਗੇ ਵਧਾਂਗੇ, ਅਸੀਂ ਇਹ ਚੀਜ਼ 'ਚ ਨਵੇਂ, ਸੋ ਠੀਕ ਹੈ ਬਾਈ, ਹਾਂ ਵੀਡੀਓ ਆਪਾਂ ਕਰਦੇ ਹਾਂ ਐਂਡ, ਪਿਆਰ ਚਾਹੀਦਾ, ਥੋੜ੍ਹਾ ਸਹਿਯੋਗ ਚਾਹੀਦਾ ਭਰਾਵਾ, ਬਿਲਕੁਲ ਬਾਈ, ਹੈ ਨਾ, ਇੱਕ ਬਾਈ ਮੇਰੀ ਨਾ ਛੋਟੀ ਜਿਹੀ ਬੇਨਤੀ ਆ, ਹਾਂ ਬਾਈ, ਹੱਥ ਜੋੜ ਕੇ, ਮੇਰਾ ਨਾ ਕਈ ਵੀ ਇੰਟਰਵਿਊ ਵਾਲੇ ਬਾਈਆਂ ਨੇ ਨੰਬਰ ਨੰਬਰ ਪਾ ਦਿੰਦੇ ਆ ਬਾਈ, ਕਬੂਤਰ ਵਾਲੇ ਭਰਾ ਨਾ, ਜੇ ਤਾਂ ਕਿਸੇ ਨੂੰ ਕੋਈ ਲੋੜ ਆ ਜ਼ਿਆਦਾ ਜਾਂ ਕੋਈ ਆ ਮੇਰੇ ਲਾਇਕ ਸੇਵਾ, ਤਾਂ ਬਾਈ ਬਣ ਕੇ ਫੋਨ ਕਰ ਲਿਆ ਕਰੋ, ਪਤਾ ਕੀ ਮੇਰੀ ਵੀ ਆਪਦੀ ਨਿੱਜੀ ਲਾਈਫ ਆ, ਜਦੋਂ ਬਾਈ ਬਿਨਾਂ ਗੱਲ ਤੋਂ ਹੈਲੋ ਹਾਏ ਬਾਈ ਠੀਕ ਹੋ, ਇੰਨਾ ਕਹਿ ਕੇ ਉਹ ਬਾਈ, ਪਤਾ ਮੈਂ ਬੇਨਤੀ ਆ ਬਾਈ, ਜੇ ਕੋਈ ਤੁਹਾਨੂੰ ਜੇ ਕੋਈ ਕੰਮ ਦੀ ਗੱਲ ਆ ਚਾਹੇ ਅੱਧੀ ਰਾਤ ਨੂੰ ਕਰੋ, ਪਰ ਬਾਈ ਬਿਨਾਂ ਗੱਲ ਤੋਂ ਕਲਾਸ ਉਵੇਂ ਬਾਈ ਹੋ ਠੀਕ ਠਾਕ ਹੋ ਜੀ, ਕਬੂਤਰ ਫਿੱਟ ਆ, ਜਮਾਂ ਆਪਣੇ ਕਬੂਤਰ ਵੀ ਤੰਦਰੁਸਤ ਆ ਬਾਈ, ਮੈਂ ਵੀ ਜਮਾਂ ਘੋੜੇ ਵਰਗਾ, ਬਿਲਕੁਲ ਬਾਈ, ਇਹ ਬਾਈ ਸਮੱਸਿਆ ਨਾ ਇਕੱਲੇ ਤੈਨੂੰ ਨਹੀਂ ਆਉਂਦੀ ਹੈਗੀ, ਇਹ ਸਾਰਿਆਂ ਨੂੰ ਆਉਂਦੀ ਹੈ, ਮੈਨੂੰ ਕਈ ਵਾਰ ਨਾ ਰਾਤ ਨੂੰ 11:30 ਫੋਨ ਆ ਜਾਂਦਾ, ਬੰਦਾ ਕਹਿੰਦਾ ਬਾਈ ਯਾਰ ਤੇਰੀ ਵੀਡੀਓ ਦੇਖੀ ਆ ਬਾਹਲੀ ਵਧੀਆ ਲੱਗੀ ਯਾਰ, ਉਹ ਮੈਂ ਧੰਨਵਾਦ ਬਾਈ, ਹੈ ਨਾ, ਗੱਲ ਕੀ ਹੈ ਵੀ ਉਹ ਬੰਦੇ ਦਾ ਪਿਆਰ ਵੀ ਹੁੰਦਾ, ਪਰ ਚੀਨੇ ਬਾਈ ਦੀ ਵੀ ਗੱਲ ਠੀਕ ਆ ਬਾਈ, ਸਾਡੀ ਵੀ ਆਪਦੀ ਪਰਸਨਲ ਲਾਈਫ, ਬਿਲਕੁਲ ਐਂ ਹੰਕਾਰ ਵਾਲੀ ਗੱਲ ਨਹੀਂ ਬਾਈ, ਬਿਲਕੁਲ ਬਾਈ, ਪਰ ਕਈ ਵਾਰ ਨਾ ਦੇਖਦੇ ਯਾਰ ਕਿਸੇ ਦਾ ਕੋਈ ਸੀਰੀਅਸ ਮੈਟਰ ਵਾਲਾ ਫੋਨ ਆਵੇ ਤੇ ਅੱਗੇ ਉਹ ਪੈਗ ਲੱਗਣ ਨਾਲ ਕਹਿੰਦਾ ਹੋਰ ਬਾਈ ਠੀਕ ਆ, ਮੈਂ ਤੇਰਾ ਫੈਨ ਆ, ਮੈਂ ਕਿਹਾ ਬਾਈ ਚਲ ਧੰਨਵਾਦ, ਧੰਨਵਾਦ ਬਾਈ, ਇਸੇ ਕਰਕੇ ਮੈਂ ਸਾਰੇ ਬਾਈਆਂ ਨੂੰ ਬੇਨਤੀ ਕਰਦਾ, ਤੇ ਬਾਈ ਮੈਂ ਵੀ ਕਹਿਣਾ ਹੁੰਦਾ ਮੇਰੇ ਨੰਬਰ 'ਤੇ ਵੀ, ਤੇ ਬਾਈ ਚੀਨੇ ਨੂੰ ਬਾਈ ਸਲਾਹ ਦਿੰਦਾ ਵੀ ਬਾਈ ਤੁਸੀਂ ਨਾ ਜਿਹੜੇ ਬਾਈਆਂ ਨੇ ਚੀਨੇ ਨੂੰ ਮੈਸੇਜ ਵਟਸਐਪ 'ਤੇ ਬੋਲ ਕੇ ਮੈਸੇਜ ਕਰਦਿਆ ਕਰੋ, ਹਾਂ ਕੰਮ ਜਦੋਂ ਮਰਜ਼ੀ ਵੀ ਬੋਲ ਕੇ ਮੈਸੇਜ ਕਰਦਿਆ ਕਰੋ, ਕਿ ਫੋਨ 'ਤੇ ਬੰਦਾ ਤੰਗ ਹੋ ਜਾਂਦਾ ਕਈ ਵਾਰ, ਇਹਦੀ ਗੱਲ ਇਹ ਭਰਾਵਾ ਵੀ ਜੇ ਕੋਈ ਐਮਰਜੈਂਸੀ ਹੈ ਚਾਹੇ ਬਾਈ ਕਹਿੰਦਾ ਵੀ ਅੱਧੀ ਰਾਤ ਨੂੰ ਫੋਨ ਕਰੋ ਆਪਾਂ ਹਾਜ਼ਰਾਂਗੇ, ਹੈ ਨਾ, ਵੀ ਜੇ ਕੋਈ ਐਮਰਜੈਂਸੀ ਹੈ ਕਦੋਂ ਮਰਜ਼ੀ, ਪਰ ਵੀ ਭਰਾ ਵੀ ਊਂ ਤੁਹਾਨੂੰ ਪਤੀ ਆਪਦੇ ਘਰ ਦੇ, ਇਹ ਤਾਂ ਗੱਲ ਹੈਗੀ, ਕਰ ਲਿਆ ਬਿਲਕੁਲ ਆ ਬਾਈ, ਸੋ ਠੀਕ ਆ ਬਾਈ, ਹੈ ਚੰਗਾ ਜੀ, ਧੰਨਵਾਦ, ਮਿਹਰਬਾਨੀ, ਬਹੁਤ ਬਹੁਤ ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।